ਜਦੋਂ 78 ਦੇ ਵਿੱਚ ਨਿਰੰਕਾਰੀ ਕਾਂਡ ਹੁੰਦਾ ਇੱਥੇ ਜੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਮਸਲਾ ਸੀ ਉੱਥੇ, ਅਤੇ ਉਦੋਂ ਵੀ ਆਪਣਾ ਪਿਤਾ ਜੀ ਨਾਲ ਹੀ ਉੱਥੇ ਉਸ ਜਥੇ ਦੇ ਵਿੱਚ ਨਾਲ ਹੀ ਸੀਗੇ, ਧਰਮ ਜਦੋਂ ਮੋਰਚਾ ਚੱਲ ਪਿਆ ਸੀਗਾ। ਸਿੰਘ ਤਾਂ ਨੋਰਮਲ ਗੱਲ ਸੀਗੀ, ਉਹ ਕਈ ਵਾਰ ਆ ਜਾਣਾ, ਕਈ ਵਾਰ ਉਹਨਾਂ ਨੇ ਆਣ ਕੇ ਫਿਰ ਘਰੇ ਮਾਤਾ ਜੀ ਅੱਜ ਸਬਜ਼ੀ ਬਣਾ ਦਿਓ, ਅੱਜ ਰੋਟੀ ਖਾਣੀ ਹੈ, ਸੰਤਾਂ ਦਾ ਪ੍ਰਸ਼ਾਦਾ ਫਿਰ ਕੰਟੀਨਿਊ ਸਾਡੇ ਵੱਲੋਂ ਚੱਲਦਾ ਸੀਗਾ, ਇੱਥੋਂ ਘਰੋਂ ਜਾਂਦਾ ਸੀਗਾ। ਦੋ ਫੁਲਕੇ ਉਹਨਾਂ ਖਾਣੇ ਹੁੰਦੇ, ਦੋ ਸਵੇਰੇ ਅਤੇ ਦੋ ਸ਼ਾਮ ਨੂੰ ਬਸ। ਇਹਨਾਂ ਨੇ ਫਿਰ ਸਵੇਰੇ ਜਦੋਂ ਡਿਊਟੀ ਜਾਣਾ ਆਪਣਾ, ਉਦੋਂ ਟਿਫਨ ਨਾਲ ਲੈ ਜਾਣਾ, ਅਤੇ ਮੁੜ ਕੇ ਸ਼ਾਮ ਨੂੰ ਜਦੋਂ ਇਹਨਾਂ ਨੇ ਉੱਥੇ ਛੁੱਟੀ ਕਰਨੀ, ਅਤੇ ਸ਼ਾਮ ਨੂੰ ਫਿਰ ਆਣ ਕੇ ਘਰੇ ਪ੍ਰਸ਼ਾਦਾ ਤਿਆਰ ਕਰਵਾ ਕੇ ਅਤੇ ਪ੍ਰਸ਼ਾਦਾ ਇਹਨਾਂ ਨਾਲ ਲੈ ਕੇ ਦੋ। ਤੁਹਾਡਾ ਘਰ ਵੀ ਨੇੜੇ ਹੈ? ਹਾਂ, ਇੱਥੋਂ ਆਪਣਾ ਸਾਰਾ 2-2.5 ਕਿਲੋਮੀਟਰ ਹੀ ਦਰਬਾਰ ਸਾਹਿਬ, ਵੱਡਾ ਜਿਹਾ ਸਾਈਕਲ ਰੱਖਿਆ ਹੁੰਦਾ ਉਹਨਾਂ ਨੇ, ਸਾਈਕਲ 'ਤੇ ਡਿਊਟੀ ਆ ਜਾਂਦੇ, ਸਾਈਕਲ 'ਤੇ ਚੱਲ ਜਾਂਦੇ ਸੀਗੇ। ਜਦੋਂ ਦਾ ਮੋਰਚਾ ਲੱਗ ਗਿਆ ਮੁੜ ਕੇ ਉਹਨਾਂ ਘਰੇ ਰਹਿਣਾ ਮੈਂ ਮਤਲਬ ਕਿ ਛੱਡਤਾ ਸੀਗਾ, ਉਹਨਾਂ ਨੇ ਇਹ ਸੀ ਵੀ ਕਿਤੇ ਮੈਂ ਘਰੇ ਆ ਜਾਵਾਂ ਮਗਰੋਂ ਕੋਈ ਗੱਲਬਾਤ ਉੱਥੇ ਬਣ ਕੇ, ਮੇਰੇ ਕੋਲ ਜਾਇਆ ਨਹੀਂ ਜਾਣਾ ਉੱਥੇ। ਅਤੇ ਮੁੜ ਕੇ ਰਾਤ ਨੂੰ ਵੀ ਉਹਨਾਂ ਦੀ ਕਈ ਵਾਰ ਉਹਨਾਂ ਦੀ ਡਿਊਟੀ ਵੀ ਸੰਤਾਂ ਦੇ ਕਮਰੇ ਗੜੀ ਲੱਗੀ ਹੁੰਦੀ ਸੀ, ਪਰ ਸੰਤ ਤਾਂ ਇੰਨਾ ਕਰਦੇ ਨੇ, ਕਹਿੰਦੇ ਫੌਜੀ ਤੂੰ ਮੇਰੇ ਪਿਓ ਵਰਗਾ। ਪਰਿਵਾਰ ਦੇ ਨਾਲ ਆਖਰੀ ਮਿਲਣੀ ਕਦੋਂ ਹੁੰਦੀ ਤੁਹਾਡੇ ਨਾਲ ਜਾਂ ਤੁਹਾਡੇ ਮਾਤਾ ਜੀ ਨਾਲ, ਯਾਦ ਆ? ਉਹ ਨਹੀਂ, ਸਾਨੂੰ ਮਾਤਾ ਜੀ ਨੇ, ਮਾਤਾ ਜੀ ਗਏ ਸੀਗੇ ਕੋਈ, ਅਸੀਂ ਤੇ ਉਦੋਂ ਨਾ ਜਦੋਂ 1 ਜੂਨ ਨੂੰ ਚੱਲਦੀ ਆ ਪਹਿਲੀ ਗੋਲੀ ਚੱਲੀ, ਉਦੋਂ ਇਹਨਾਂ ਦੀ ਇੱਥੇ ਬੈਂਕ 'ਚ ਡਿਊਟੀ ਸੀਗੀ ਜੀ। ਜਦੋਂ ਫਾਇਰ ਹੁੰਦਾ ਵਾ ਇਹਨਾਂ ਨੇ ਉਸੇ ਟਾਈਮ ਹੀ ਆਪਣਾ ਉੱਥੇ ਰੱਖਿਆ, ਆਪਣੇ ਜੋੜੇ ਜੜੇ ਉੱਥੇ ਲਾਏ ਬੈਂਕ 'ਚ ਹੀ, ਇਹਨਾਂ ਨੇ ਦੋ ਛਾਲਾਂ ਮਾਰੀਆਂ ਅਤੇ ਚਲੇ ਗਏ ਉੱਥੇ ਦਰਬਾਰ ਸਾਹਿਬ ਅੰਦਰ ਚਲੇ ਗਏ ਸੰਤਾਂ ਦੇ ਕੋਲ। ਅਤੇ ਉਸ ਤੋਂ ਬਾਅਦ ਪਹਿਲੇ ਦਿਨ ਜਿੱਦਣ ਗੋਲੀ ਚੱਲਦੀ ਆ ਉੱਦਣ ਇਹਨਾਂ ਦੇ ਨੇ ਮੋਢੇ ਦੇ ਵਿੱਚ ਥੋੜ੍ਹਾ ਜਿਹਾ ਨਾਲ ਗੋਲੀ ਨਾ ਨਾਲ ਟੱਚ ਕਰਕੇ ਲੰਘ ਜਾਂਦੀ ਹੈ ਜੀ, ਅਤੇ ਉਹ ਪੱਟੀ ਪੁੱਟੀ ਜੀ ਥੋੜ੍ਹੀ ਜਿਹੀ ਕੀਤੀ ਸੀ। ਅਤੇ 1 ਤਰੀਕ ਤੋਂ ਬਾਅਦ ਜਿਹੜਾ ਫਿਰ ਕਰਫਿਊ ਖੁੱਲ੍ਹਦਾ ਜਦੋਂ, ਤਾਂ ਉਦੋਂ ਫਿਰ ਮਾਤਾ ਜੀ ਕਹਿੰਦੇ ਵੀ ਚਲੋ ਸਾਨੂੰ, ਅਸੀਂ ਬੱਚੇ ਛੋਟੇ ਸੀ ਕਰਿਓ, ਸਾਨੂੰ ਇਹਨਾਂ ਨੇ ਘਰੇ ਛੱਡਿਆ ਅਤੇ ਕਹਿੰਦੇ ਵੀ ਆਪਣਾ ਵੀ ਮੈਂ ਜਾ ਕੇ ਨਾ ਉਹਨਾਂ ਨੂੰ ਮਿਲ ਕੇ ਆਉਂਦੀ ਹਾਂ। ਅਤੇ ਇਹ ਫਿਰ ਉੱਥੇ ਮਤਲਬ ਕਿ ਜਿਵੇਂ ਨਾ ਜਿੱਥੇ ਨਿਸ਼ਾਨ ਸਾਹਿਬ ਨੇ ਜੀ, ਇਹ ਉੱਥੇ ਖੜ੍ਹ ਜਾਂਦੇ ਨੇ ਫਿਰ ਜਾ ਕੇ। ਅਤੇ ਇਹ ਨਾ ਉੱਥੇ ਸਿੰਘ ਇੱਕਦਾ ਆਇਆ ਅਤੇ ਉਹਨਾਂ ਨੂੰ ਸਿੰਘਾਂ ਨੂੰ ਕਿਹਾ ਵੀ ਮਿਲਣਾ, ਕਹਿੰਦੇ ਕੋਈ ਗੱਲ ਨਹੀਂ ਅਸੀਂ, ਮੈਂ ਵੇਖ ਕੇ ਆਉਣਾ ਕਿਹੜੇ ਮੋਰਚੇ 'ਚ ਕਿੱਥੇ ਹੈਗੇ ਨੇ ਜੀ, ਅਤੇ ਅਸੀਂ ਮੈਂ ਸੁਣਾ ਦਿੰਦਾ। ਉਹ ਕੁਦਰਤੀ ਬਾਈ ਚਾਂਸ ਉੱਧਰੋਂ ਸੰਤ ਉਤਰਦੇ ਨੇ ਉੱਥੋਂ ਆਪਣਾ ਅਕਾਲ ਤਖ਼ਤ ਸਾਹਿਬ ਤੋਂ ਹਰਿਮੰਦਰ ਸਾਹਿਬ ਮੱਥਾ ਟੇਕਣਾ, ਅਤੇ ਇਹ ਵੀ ਨਾਲ ਸੀਗੇ, ਪਿਤਾ ਜੀ ਵੀ ਨਾਲ ਸੀਗੇ। ਇਹ ਫਿਰ ਸਿੱਧੇ ਲੰਘ ਜਾਂਦੇ ਨੇ ਜੀ, ਜਦੋਂ ਵਾਪਸੀ ਆਉਂਦੇ ਨੇ ਫਿਰ ਉਹਨਾਂ 'ਤੇ ਨਜ਼ਰ ਪੈਂਦੀ ਆ। ਅਤੇ ਉੱਥੇ ਫਿਰ ਇਹਨਾਂ ਦਾ ਜਿਹੜੀ ਸਾਡੀ ਆਖਰੀ ਵਾਰ ਉਹਨਾਂ ਨੂੰ ਮਿਲਦੇ ਆ ਮਾਤਾ ਜੀ ਉੱਥੇ, ਅਤੇ ਉਹਨਾਂ ਨੇ ਮਤਲਬ ਕਿਹਾ ਸੀ ਕਿ ਕਹਿੰਦੇ ਵੀ ਤੁਸੀਂ ਘਰੇ ਆ ਜਾਓ, ਬੱਚੇ ਯਾਦ ਕਰਦੇ ਨੇ, ਕਹਿੰਦੇ ਵੀ ਘਰੇ ਤਾਂ ਮੈਂ ਨਹੀਂ ਆਊਂਗਾ, ਜੇ ਸੰਤ ਨਿਕਲ ਜਾਣਗੇ ਤਾਂ ਮੈਂ ਨਿਕਲ ਜਾਊਂਗਾ, ਅਤੇ ਜੇ ਸੰਤ ਨਾ ਨਿਕਲੇ ਤਾਂ ਫਿਰ ਮੈਂ ਵੀ ਨਹੀਂ ਨਿਕਲਣਾ। ਸੰਤ ਭੋਰੇ 'ਚੋਂ ਨਿਕਲੇ ਨੇ ਥੱਲਿਓਂ ਅਕਾਲ ਤਖ਼ਤ ਸਾਹਿਬ ਤੋਂ, ਅਤੇ ਆਣ ਕੇ ਕਹਿੰਦੇ ਫੌਜੀਆ ਕੀ ਹਾਲ ਚਾਲ ਆ, ਕਹਿੰਦੇ ਚੜ੍ਹਦੀ ਕਲਾ ਵਾ, ਕਹਿੰਦੇ ਕਿਸੇ ਚੀਜ਼ ਦੀ ਲੋੜ ਆ, ਕਹਿੰਦੇ ਵੀ ਅਸਲਾ ਮੁੱਕ ਰਿਹਾ ਵਾ, ਜੇ ਕੁਛ ਹੈਗਾ ਗੋਲੀ ਸਿੱਕਾ ਤਾਂ ਹੋਰ ਦੇ ਦਿਓ। ਉਸ ਤੋਂ ਬਾਅਦ ਲਾਸਟ ਟਾਈਮ ਜਦੋਂ ਫਿਰ ਸੰਤਾਂ ਨੇ ਬਾਅਦ 'ਚ ਜਦੋਂ ਸਵੇਰ ਦਾ ਟਾਈਮ ਜਦੋਂ ਹੁੰਦਾ ਉੱਥੇ ਦਿਨ ਚੜ੍ਹ ਜਾਂਦਾ ਪ੍ਰੋਪਰ ਠੀਕ, ਫਿਰ ਸੰਤ ਭੋਰੇ 'ਚੋਂ ਨਿਕਲ ਕੇ ਸੰਤ ਕਹਿੰਦੇ ਵੀ ਮੈਂ ਅਰਦਾਸ ਕਰ ਦਿੱਤੀ ਹੈ ਤਾਂ ਮੈਂ ਅਸੀਂ ਸ਼ਹਾਦਤ ਦਿੰਦੀ ਹਾਂ, ਅਤੇ ਜਿੰਨੇ ਜਾਣਾ ਵਾ ਉਹ ਜਾ ਸਕਦਾ ਵਾ। ਪਿਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸੰਤਾਂ ਨੇ ਆਹ ਗੱਲ ਕਰੀ, ਇਹ ਕਹਿੰਦੇ ਵੀ ਆਪਾਂ ਜਾਣ ਦਾ ਤਾਂ ਕਮੀ ਕੋਈ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਹਾਂ। ਜੂਨ 1984 ਜਦੋਂ ਜੂਨ ਮਹੀਨਾ ਆਉਂਦਾ ਗਾ ਤਾਂ ਜੇ ਅਸੀਂ ਸਮੂਹ ਸਿੱਖ ਸੰਗਤਾਂ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਮਨ ਦੇ ਵਿੱਚ ਚੱਲਣ ਲੱਗ ਜਾਂਦੀਆਂ, ਚਾਹੇ ਕਿਸੇ ਨੇ ਜੂਨ 84 ਦੇਖੀ ਹੋਵੇ, ਚਾਹੇ ਕਿਸੇ ਨੇ ਨਾ, ਚਾਹੇ ਨਵੀਂ ਪੀੜ੍ਹੀ ਦੀ ਗੱਲ ਕਰ ਲਈਏ, ਚਾਹੇ ਪਹਿਲਾਂ ਵਾਲੀ ਪੀੜ੍ਹੀ ਦੀ, ਜਾਂ ਫਿਰ ਜਿਹੜੇ ਵੀ ਹਜੇ ਪੁੰਗਰ ਰਹੇ ਆ, ਚਾਹੇ ਉਹਨਾਂ ਦੀ, ਆਪੋ ਆਪਣੇ ਮਨਾਂ ਦੇ ਵਿੱਚ, ਆਪੋ ਆਪਣੇ ਦਿਲਾਂ ਦੇ ਵਿੱਚ ਇੱਕ ਅਫਸੋਸ ਵੀ ਹੁੰਦਾ ਗਾ, ਪਰ ਦੂਜੇ ਪਾਸੇ ਇੱਕ ਅਸੀਂ ਕਹੀਏ ਵੀ ਚੜ੍ਹਦੀ ਕਲਾ ਦੀ ਗੱਲ ਵੀ ਹੁੰਦੀ ਹੈ। ਬਹੁਤ ਸਾਰੀਆਂ ਕਹਾਣੀਆਂ ਜੂਨ 84 ਦੇ ਨਾਲ ਜੁੜੀਆਂ ਹੋਈਆਂ, ਅੱਜ ਇੱਕ ਅਜਿਹੀ ਹੀ ਕਹਾਣੀ ਲੈ ਕੇ ਤੁਹਾਡੇ ਸਨਮੁੱਖ ਆਏ ਹਾਂ, ਜੋ ਕਹਾਣੀ ਬਹੁਤ ਘੱਟ ਪਰਦੇ ਦੇ ਉੱਤੇ ਆਈ ਆ ਅਤੇ ਜਿਸ ਕਹਾਣੀ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਜਨਰਲ ਸੁਬੇਗ ਸਿੰਘ ਬਾਰੇ ਸਾਰੇ ਜਾਣਦੇ ਨੇ, ਪਰ ਸੰਤਾਂ ਦੇ ਨਾਲ ਧਰਮ ਯੁੱਧ ਮੋਰਚੇ ਦੇ ਵਿੱਚ ਉਹਨਾਂ ਦੇ ਸੱਜੀ ਬਾਂਹ ਇੱਕ ਹੋਰ ਸੁਬੇਗ ਸਿੰਘ ਸੀ, ਜੋ ਫੌਜ ਦੇ ਵਿੱਚੋਂ ਰਿਟਾਇਰ ਹੁੰਦੇ ਨੇ, ਹੌਲਦਾਰ ਰਿਟਾਇਰ ਹੁੰਦੇ ਨੇ, ਉਹਨਾਂ ਦਾ ਨਾਮ ਵੀ ਹੌਲਦਾਰ ਸੁਬੇਗ ਸਿੰਘ ਸੀ। ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ। ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠੇ ਹਾਂ, ਉਸੇ ਹੀ ਘਰ ਦੇ ਵਿੱਚ ਬੈਠੇ ਹਾਂ ਜਿੱਥੇ ਕਿਤੇ ਸੰਤਾਂ ਨੇ ਆ ਕੇ ਪ੍ਰਸ਼ਾਦੇ ਛਕੇ, ਜਾਂ ਜਿੱਥੋਂ ਸੰਤਾਂ ਦੇ ਪ੍ਰਸ਼ਾਦੇ ਧਰਮ ਯੁੱਧ ਮੋਰਚੇ 'ਚ ਜਾਂਦੇ ਰਹੇ। ਉਹਨਾਂ ਦੇ ਸਪੁੱਤਰ ਨਾਲ ਗੱਲਬਾਤ ਕਰਾਂਗੇ, ਉਹ ਕਹਾਣੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਕਹਾਣੀ ਤੋਂ ਜ਼ਰੂਰੀ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਸਾਡੀਆਂ ਸਿੱਖ ਸੰਸਥਾਵਾਂ ਨੇ
ਉਹਨਾਂ ਲਈ ਕੀਤਾ ਜਾਂ ਨਹੀਂ ਕੀਤਾ ਅਸਲ ਨਬਜ਼ ਫੜਨ ਦੀ ਕੋਸ਼ਿਸ਼ ਕਰਾਂਗੇ ਅਤੇ ਤੁਸੀਂ ਵੀ ਜ਼ਰੂਰ ਇਹ ਜਾਣਿਓ ਵੀ ਕੀ ਅਸੀਂ ਉਹਨਾਂ ਲਈ ਉਹ ਕੁਛ ਕੀਤਾ ਜਾਂ ਸਾਡੇ ਵੱਡਿਆਂ ਨੇ ਉਹ ਕੁਛ ਕੀਤਾ ਜੋ ਸਾਡੇ ਵੱਡੇ ਸਾਡੇ ਲਈ ਕਰ ਗਏ। ਸਾਡੇ ਨਾਲ ਮੌਜੂਦ ਰਹਿਣਗੇ ਇਸ ਮੁਲਾਕਾਤ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਜੋ ਸਪੁੱਤਰ ਨੇ ਹੌਲਦਾਰ ਸੁਵੇਗ ਸਿੰਘ ਜੀ ਦੇ। ਭਾਈ ਸਾਹਿਬ ਸਵਾਗਤ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਹੋਊਗਾ ਵੀ ਤੁਸੀਂ ਥੋੜ੍ਹਾ ਜਿਹਾ ਆਪਣੇ ਪਿਤਾ ਜੀ ਬਾਰੇ, ਉਹ ਸੰਤਾਂ ਦੇ ਵਿੱਚ ਸੰਤਾਂ ਦੇ ਨਾਲ ਕਦੋਂ ਸੰਪਰਕ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਕੀ ਰੋਲ ਸੀ ਧਰਮ ਯੁੱਧ ਮੋਰਚੇ 'ਤੇ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ, ਫਿਰ ਆਪਾਂ ਅਗਾਂਹ ਵਾਲੀ ਗੱਲਬਾਤ ਕਰਾਂਗੇ। ਰਤਨ ਜੀ, ਇਸ ਤਰ੍ਹਾਂ ਸੀ, ਪਿਤਾ ਜੀ ਪਹਿਲਾਂ ਫੌਜ 'ਚ 1935 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਜੀ, ਅਤੇ ਪਿੰਡ ਆਪਣਾ ਸੀਗਾ ਹਰੀਕਿਆਂ ਦੇ ਕੋਲ ਬੁਰਜਪੁੱਲਾ ਪਿੰਡ ਆ ਜੀ। ਅਤੇ ਇਹਨਾਂ ਦੇ ਜਨਮ ਤੋਂ ਪਹਿਲਾਂ ਮਤਲਬ ਇਹਨਾਂ ਦੇ ਸਾਡੀ ਦਾਦੀ ਜੀ ਦੇ ਘਰ ਜਿਹੜੇ ਨਾ 5 ਬੇਟੇ ਹੋਏ ਸੀਗੇ ਜੀ, ਅਤੇ ਉਹ 5 ਹੀ ਚੜ੍ਹਾਈ ਕਰ ਗਏ ਸੀਗੇ। ਅਤੇ ਸਾਡਾ ਪਰਿਵਾਰ ਜਿਹੜਾ ਨਾ ਬਾਬਾ ਦਇਆ ਸਿੰਘ ਜੀ ਦੇ ਜਿਹੜੇ ਪਿਤਾ ਜੀ ਸੀਗੇ, ਮੇਰੇ ਖਿਆਲ ਬਾਬਾ ਸੋਹਣ ਸਿੰਘ ਜੀ ਸੀਗੇ ਜੀ ਉਦੋਂ, ਤਾਂ ਉਹਨਾਂ ਨਾਲ ਥੋੜ੍ਹਾ ਜਿਹਾ ਇਹਨਾਂ ਵਿੱਚ ਕਾਫੀ ਜੁੜੇ ਹੋਏ ਸੀਗੇ ਉਹਨਾਂ ਨਾਲ। ਅਤੇ ਉਹਨਾਂ ਨੇ ਫਿਰ ਉਹਨਾਂ ਨਾਲ ਗੱਲ ਕੀਤੀ ਵੀ ਹੁਣ ਇਸ ਤਰ੍ਹਾਂ ਵੀ ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ 5 ਬੱਚੇ ਆਪਾਂ ਚਲੇ ਗਏ ਨੇ। ਅਤੇ ਉਹਨਾਂ ਨੇ ਫਿਰ ਅਰਦਾਸ ਬੇਨਤੀ ਕੀਤੀ, ਉਸ ਤੋਂ ਬਾਅਦ ਫਿਰ ਪਿਤਾ ਜੀ ਦਾ ਜਨਮ ਹੁੰਦਾ। ਅਤੇ ਉਹਨਾਂ ਨੇ ਜਿਹੜਾ ਨਾ ਪਿਤਾ ਜੀ ਦਾ ਨਾਂ ਵੀ ਰਣਜੋਤ ਸਿੰਘ ਰੱਖਿਆ ਸੀਗਾ ਜੀ। ਅਤੇ ਉਹ ਬਾਅਦ 'ਚ ਪਤਾ ਨਹੀਂ ਕੋਈ ਫੈਮਿਲੀ ਦੇ ਕੀ ਬਣਿਆ, ਕਿਸ ਤਰ੍ਹਾਂ ਸਿਸਟਮ ਜਿਹੜਾ ਕਿ ਉਸ ਤੋਂ ਬਾਅਦ ਇਹਨਾਂ ਨੇ ਨਾਂ ਜਿਹੜਾ ਸੀ ਉਹ ਚੇਂਜ ਹੋ ਗਿਆ, ਉਹ ਸਰਦਾਰ ਸੁਵੇਗ ਸਿੰਘ ਦੇ ਰੂਪ 'ਚ ਸਾਹਮਣੇ ਆ ਗਿਆ ਜੀ। ਅਤੇ 18-19 ਸਾਲ ਦਾ ਮਤਲਬ ਕਿ ਇਹਨਾਂ ਨੂੰ ਭਲਵਾਨੀ ਦਾ ਸ਼ੌਂਕ ਸੀਗਾ, ਘੁਲਦੇ ਘੁਲਦੇ 'ਚ ਗਏ। ਅਤੇ ਉਦੋਂ ਮਤਲਬ ਇਹਨਾਂ ਦਾ ਕੋਈ ਫਰੈਂਡ ਸੀਗਾ ਅਤੇ ਦੋਸਤ ਸੀਗਾ, ਉਹਨਾਂ ਤਰਨ ਤਾਰਨ ਉਦੋਂ ਭਰਤੀ ਕਿਤੇ ਹੋਈ ਸੀਗੀ ਆਉਣੀ ਜੀ। ਅਤੇ ਇਹ ਮਤਲਬ ਉਹਨੇ ਭਰਤੀ ਹੋਣ ਵਾਸਤੇ ਆਉਣਾ ਸੀਗਾ ਅਤੇ ਉਹ ਇਹਨਾਂ ਨੂੰ ਵੀ ਨਾਲ ਲੈ ਆਇਆ। ਉਹ ਕੁਦਰਤੀ ਪਤਾ ਨਹੀਂ ਕੀ ਸਬੱਬ ਬਣਿਆ, ਉਹ ਰਹਿ ਗਿਆ ਅਤੇ ਇਹ ਭਰਤੀ ਹੋ ਗਿਆ ਜੀ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਫੌਜ ਦੇ ਵਿੱਚ ਨੌਕਰੀ ਸ਼ੁਰੂ ਹੋ ਗਈ, ਫੌਜ 'ਚ ਜਾ ਕੇ ਇਹਨਾਂ ਥੋੜ੍ਹੀ ਬਹੁਤੀ ਪੜ੍ਹਾਈ ਵੀ ਨਾਲ ਨਾਲ ਕੀਤੀ ਆਪਣੀ। ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਚੱਲਦਾ ਗਿਆ, ਉਹਨਾਂ ਦੇ ਫੌਜ ਦੇ ਵਿੱਚ ਹੀ ਇਹਨਾਂ ਦਾ ਨਾ ਇੱਕ ਨਾਲ ਇਹਨਾਂ ਦੇ 15-50 ਰੈਜੀਮੈਂਟ ਦੇ ਵਿੱਚ ਇਹ ਸੀਗੇ। ਅਤੇ ਇਹਨਾਂ ਦੇ ਨਾਲ ਹੀ ਇਹਨਾਂ ਦਾ ਇੱਕ ਦੋਸਤ ਸੀਗਾ ਸਰਦਾਰ ਮਹਿੰਦਰ ਸਿੰਘ ਸੀਗੇ, ਤਲਵੰਡੀ ਦਸਾਂਝ ਪਿੰਡ ਤੋਂ ਜੀ। ਅਤੇ ਉਹ ਮਤਲਬ ਆਪਣੇ ਨਾ ਇਹਨਾਂ ਨਾਲ ਜੁੜੇ ਹੋਏ ਸੀਗੇ, ਆਪਣਾ ਸੰਤ ਗੁਰਬਾਜ ਸਿੰਘ ਨਾਲ, ਧੰਮਦਮੀ ਟਕਸਾਲ ਨਾਲ ਜੀ। ਅਤੇ ਉਹਨਾਂ ਨੇ ਕਈ ਵਾਰ ਮਤਲਬ ਡੈਡੀ ਉਹਨਾਂ ਨੂੰ ਕਿਹਾ ਸੀਗਾ ਕਿ ਆਪਾਂ ਨਾ ਵੀਰ ਜੀ ਆਪਾਂ ਉਹਨਾਂ ਕੋਲ ਚੱਲਿਆ ਕਰੀਏ, ਪਰ ਇਹ ਥੋੜ੍ਹਾ ਜਿਹਾ ਇਹਨਾਂ ਦਾ ਆਪਣਾ ਝੁਕਾਅ ਜਿਹੜਾ ਨਾ ਇਸ ਪਾਸੇ ਘੱਟ ਸੀਗਾ। ਅਤੇ ਇਹਨਾਂ ਨੇ ਹਰ ਵਾਰ ਉਹਨਾਂ ਨੂੰ ਟਾਲ ਜਿਹਾ ਦੇਣਾ ਵੀ ਕੋਈ ਗੱਲ ਨਹੀਂ, ਚੱਲਾਂਗੇ, ਕਰਦਾਂਗੇ, ਰਹਿਣ ਦੇ, ਕੋਈ ਗੱਲ ਨਹੀਂ ਜੀ। ਉਹ ਇੱਕ ਦੁਬਾਰਾ ਇੱਦਾਂ ਚਾਂਸ ਜਿਹਾ ਬਣਿਆ ਕਿ ਸੰਤ ਜਿਹੜਾ ਆਪਣਾ ਸੰਤ ਗੁਰਬਾਜ ਸਿੰਘ ਜੀ, ਉਹ ਸਰਾਲੀ ਹਰ ਸਾਲ ਉਹਨਾਂ ਦਾ ਦੀਵਾਨ ਹੁੰਦੇ ਸੀਗੇ ਜੀ। ਅਤੇ ਉਦੋਂ ਮਤਲਬ ਕਿ ਇਹ ਵੀ ਪਿਤਾ ਜੀ ਵੀ ਛੁੱਟੀ ਆਏ ਸੀਗੇ ਅਤੇ ਉਹ ਵੀ ਉੱਧਰੋਂ ਆਪਣੇ ਤਲਵੰਡੀ ਦਸਾਂਝ ਤੋਂ ਆ ਗਏ। ਅਤੇ ਉਹਨਾਂ ਨੇ ਫਿਰ ਇਹਨਾਂ ਨੂੰ ਕਿਹਾ ਵੀ ਆਪਾਂ ਚੱਲੀਏ ਇਸ ਤਰ੍ਹਾਂ ਦੀਵਾਨ ਉਹਨਾਂ ਦਾ। ਅਤੇ ਮੁੜ ਕੇ ਫਿਰ ਇਹਨਾਂ ਨੇ ਆਪਣਾ ਪਿਤਾ ਜੀ ਨੇ ਕਿਹਾ ਵੀ ਠੀਕ ਹੈ, ਮੈਂ ਤੁਸੀਂ ਅੱਗੇ ਵੀ ਮੈਨੂੰ ਬਹੁਤ ਵਾਰਾਂ ਕਿਹਾ ਵਾ, ਮੈਂ ਚੱਲ ਪੈਂਦਾ ਵਾ ਤੁਹਾਡੇ ਨਾਲ, ਪਰ ਜੇ ਮੇਰੇ ਮਨ ਦੀ ਤਸੱਲੀ ਨਾ ਹੋਈ ਤਾਂ ਮੈਂ ਮਤਲਬ ਗਾਂਹ ਤੋਂ ਮੈਨੂੰ ਨਹੀਂ ਕਹਿਣਾ ਜੀ। ਉਹਨਾਂ ਨੂੰ ਜਿਵੇਂ ਵਿਸ਼ਵਾਸ ਸੀਗਾ ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ, ਉਹ ਕਹਿੰਦੇ ਵੀ ਠੀਕ ਆ। ਇਹ ਫਿਰ ਗਏ ਉੱਥੇ ਦੀਵਾਨ 'ਚ ਜਾ ਕੇ, ਜਦੋਂ ਉਹਨਾਂ ਨੇ ਮੱਥਾ ਟੇਕਿਆ, ਸੰਤ ਕਥਾ ਕਰਦੇ ਪਏ ਸੀਗੇ, ਇਹਨਾਂ ਗੁਰੂ ਗ੍ਰੰਥ ਸਾਹਿਬ ਨਾਲ ਮੱਥਾ ਟੇਕ ਕੇ ਦੀਵਾਨ 'ਚ ਹੀ ਬਹਿ ਗਏ। ਅਤੇ ਉਹ ਬਾਈ ਪਤਾ ਨਹੀਂ ਕਿਸ ਤਰ੍ਹਾਂ ਦੀ ਉੱਥੇ ਸਵਾਭ ਸੀਗਾ ਵੀ ਸੰਤਾਂ ਨੇ ਜਿਹੜੀ ਕਥਾ ਜੋ ਵੀ ਉੱਥੇ ਕੀਤੀ ਨਾ, ਉਹ ਜੋ ਇਹਨਾਂ ਦੇ ਆਪਣੇ ਦਿਲ ਦੇ ਖਿਆਲ ਸੀ ਜਾਂ ਮਨ ਦੇ ਵਲਵਲੇ ਸੀਗੇ, ਉਹ ਸਾਰੀ ਕਥਾ ਹੀ ਉਸ ਧਾਰ 'ਤੇ ਹੋਈ। ਉਸ ਤੋਂ ਬਾਅਦ ਫਿਰ ਇਹ ਥੋੜ੍ਹਾ ਪੱਕੇ ਤੌਰ 'ਤੇ ਫਿਰ ਇਹ ਮਤਲਬ ਨਾਲ ਜੁੜ ਗਏ। ਉਸ ਤੋਂ ਬਾਅਦ ਇਹਨਾਂ ਕੋਈ ਸ਼ੱਕ ਕੋਈ ਚੀਜ਼ ਇਹੋ ਜਿਹੀ ਰਹੀ ਨਹੀਂ ਗੱਲਬਾਤ ਜੀ। ਅਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੀ ਨਾਲ ਨਾਲ ਚੱਲਦੇ ਗਏ। ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਹੁਣੀ ਗੱਦੀ 'ਤੇ ਬੈਠਦੇ ਨੇ, ਜਦੋਂ ਉਹਨਾਂ ਨੂੰ ਦਸਤਾਰਬੰਦੀ ਹੁੰਦੀ ਉਹਨਾਂ ਦੀ ਜੀ, ਅਤੇ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਇਹਨਾਂ ਦਾ ਕਾਫੀ ਲਗਾਵ ਰਿਹਾ। ਈਵਨ ਕਿ ਜਦੋਂ ਐਮਰਜੈਂਸੀ ਆਪਣੀ ਲੱਗੀ ਸੀ, ਉਦੋਂ 'ਚ ਸੰਤਾਂ ਨੇ ਜਲੂਸ ਕੱਢੇ ਸੀਗੇ, ਨਗਰ ਕੀਰਤਨ ਕੱਢੇ ਸੀ ਜੀ। ਅਤੇ ਉਹ ਇੱਕ ਜਿਹੜਾ ਭਿੱਖੀ ਵੰਡਰ ਵਾਲੇ ਪਾਸੇ ਤੋਂ ਨਗਰ ਕੀਰਤਨ ਆ ਰਿਹਾ ਸੀ, ਉਹ 5 ਪਿਆਰਿਆਂ ਦੇ ਵਿੱਚ ਵੀ ਉਹਨਾਂ ਨੇ ਮਤਲਬ ਕਿ ਡੈਡੀ ਦੀ ਉਹਨਾਂ ਦੀ ਡਿਊਟੀ ਲਾਈ ਸੀ। ਹਾਂ, ਅਤੇ ਇੱਕ ਨਗਰ ਕੀਰਤਨ ਉਹ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਵੀ ਇਹ ਉਦੋਂ ਲੈ ਕੇ ਆਏ ਸੀਗੇ ਇੱਥੇ। ਅਤੇ ਇਸ ਤਰ੍ਹਾਂ ਹੀ ਮਤਲਬ ਗਾਂਧ ਦੀ ਕਾ ਫਿਰ ਜਦੋਂ ਇਸ ਤਰ੍ਹਾਂ ਆਈ ਜਾਂਦੇ ਆ ਆਪਣੇ ਨਾਲ ਸੰਤ ਕਰਤਾਰ ਸਿੰਘ ਉਹਨਾਂ ਨਾਲ, ਉਹਨਾਂ ਨਾਲ ਕਾਫੀ ਪਿਆਰ ਸੀ। ਕਈ ਵਾਰ ਫਿਰ ਸੰਤ ਕਰਤਾਰ ਸਿੰਘ ਉਹਨੇ ਘਰੇ ਆਏ ਇੱਥੇ ਆਪਣੇ ਜੀ, ਘਰੇ ਵੀ ਜੱਥੇ ਨੂੰ ਬੁਲਾਇਆ ਸੀਗਾ। ਫਿਰ ਇਹਨਾਂ ਨੇ ਪਿੰਡ ਵੀ ਆਪਣਾ ਜਿਸ ਤਰ੍ਹਾਂ ਮਤਲਬ ਪ੍ਰਚਾਰ ਵਾਸਤੇ ਨਾ ਸੰਤਾਂ ਨੂੰ ਪਿੰਡ ਵੀ ਖੜਿਆ ਜੀ, ਅਤੇ ਉੱਥੇ ਵੀ ਫਿਰ ਇਸ ਤਰ੍ਹਾਂ ਦੀਵਾਨ ਵਗੈਰਾ ਲੱਗਦੇ ਰਹੇ ਸੀਗੇ।
ਅਤੇ ਕਈ ਸਿੰਘ ਸਾਡੇ ਆਪਣੇ ਪਿੰਡ ਦੇ ਜਿਹੜੇ ਸੀਗੇ ਉਹ ਵੀ ਮਤਲਬ ਅੰਮ੍ਰਿਤ ਛਕ ਕੇ ਅਤੇ ਇਸ ਤਰ੍ਹਾਂ ਨਾਲ ਜੁੜੇ ਸੀਗੇ ਅਤੇ ਇਸ ਤਰ੍ਹਾਂ ਕਰਕੇ ਕੰਟੀਨਿਊ ਫਿਰ ਆਪਾਂ ਨਾਲ ਦੀ ਨਾਲ ਚੱਲਦੇ ਰਹੇ ਅਤੇ ਮੇਰਾ ਵੀ ਜਿਹੜਾ ਸਾਡੇ ਵੀ ਮਤਲਬ ਕਿ ਘਰ ਨਾ ਮੇਰਾ 7 ਕੁ ਸਾਲ ਕੋਈ ਮਤਲਬ ਹੈ ਨਹੀਂ ਸੀ ਬੱਚਾ ਕੁਛ ਘਰ ਨਹੀਂ ਸੀਗਾ ਜੀ ਅਤੇ ਫਿਰ ਉਦੋਂ ਸੰਤ ਗੁਰਬਚਨ ਸਿੰਘ ਉਹਨਾਂ ਨੂੰ ਨਾ ਇਹਨਾਂ ਨੇ ਸੰਤ ਮਾਤਾ ਜੀ ਨੇ ਸੰਤ ਕਰਤਾਰ ਸਿੰਘ ਉਹਨਾਂ ਕੋਲ ਜਾਂਦੇ ਆਉਂਦੇ ਸੀਗੇ ਉਦੋਂ ਸੰਤ ਕਰਤਾਰ ਸਿੰਘ ਗੜਵਾਈ ਹੁੰਦੇ ਸੀ ਉਹਨਾਂ ਦੇ ਜੀ ਅਤੇ ਉਹਨਾਂ ਨੇ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਗੱਲਬਾਤ ਆ ਅਤੇ ਤੁਸੀਂ ਸੰਤਾਂ ਨਾਲ ਗੱਲ ਕਰੋ ਅਤੇ ਫਿਰ ਸੰਤਾਂ ਦੇ ਪਤਾ ਨਹੀਂ ਕੀ ਮਨ 'ਚ ਆਏ ਉਹਨਾਂ ਨੇ ਫਿਰ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਫਿਰ ਮੇਰਾ ਜਨਮ ਹੁੰਦਾ ਵਾ 7 ਸਾਲਾਂ ਬਾਅਦ ਜੀ ਅਤੇ ਇਸ ਤਰ੍ਹਾਂ ਕਰਕੇ ਫਿਰ ਆਪਾਂ ਇਹਨਾਂ ਦਾ ਮਤਲਬ ਨਾਲ ਨਾਲ ਇਹ ਚੱਲਦੇ ਰਹਿੰਦੇ ਨੇ ਅਤੇ ਇੱਕ ਵਾਰ ਦਸ ਆਪਣਾ ਹੈਗਾ ਵੀ ਜਦੋਂ ਇਹ ਸੰਤ ਕਰਤਾਰ ਸਿੰਘ ਹੋਣੀ ਨਾ ਇਸ ਤਰ੍ਹਾਂ ਉੱਥੇ ਸੀਗੇ ਟਕਸਾਲ 'ਚ ਅਤੇ ਉਹ ਸੰਗਤ ਆਈ ਉਹਨਾਂ ਨੇ ਮਿਲਣ ਵਾਸਤੇ ਤਾਂ ਮਤਲਬ ਕਿ ਪਿਤਾ ਜੀ ਵੀ ਲਾਗੇ ਬੈਠੇ ਸੀਗੇ ਜੀ ਸੰਗਤ ਜਿਹੜੀ ਉਹਨਾਂ ਨੇ ਦਸਤਾਰਾਂ ਭੇਟ ਕੀਤੀਆਂ ਸੰਤਾਂ ਨੂੰ ਸਨਮਾਨ ਐਤਵਾਰ ਵਜੋਂ ਅਤੇ ਉਹ ਮਤਲਬ ਕਿ ਉਹਨਾਂ ਸਾਰੇ ਚਲੇ ਗਏ ਅਤੇ ਇਹ ਆਪਣਾ ਪਿਤਾ ਜੀ ਉੱਥੇ ਬੈਠੇ ਦੇ ਨਾਲ ਜੀ ਅਤੇ ਉਹਨਾਂ ਨੇ ਮਤਲਬ ਕਿ ਆਪਣਾ ਜਿਹੜਾ ਬਾਅਦ 'ਚ ਸੰਤਾਂ ਨੂੰ ਸੰਤਾਂ ਦੇ ਹਾਂਜੀ ਫੌਜੀ ਦੱਸੋ ਕਈ ਕਹਿੰਦੇ ਵੀ ਤੁਹਾਡੇ ਨਾਲ ਬਚਨ ਕਰਨਾ ਇੱਕ ਦਾ ਜੀ ਕਹਿੰਦੇ ਜੀ ਦੱਸੋ ਕਹਿੰਦੇ ਬੰਦੇ ਨੇ ਜੀਵਨ ਮਰਨ ਤੋਂ ਮੁਕਤ ਹੋਣਾ ਹੋਵੇ ਤਾਂ ਉਹ ਕਿਵੇਂ ਹੋ ਸਕਦਾ ਤੁਹਾਡੇ ਪਿਤਾ ਜੀ ਨੇ ਪੁੱਛਿਆ ਸੰਤਾਂ ਨੂੰ ਨਹੀਂ ਸੰਤ ਕਰਤਾਰ ਸਿੰਘ ਕਰਤਾਰ ਸਿੰਘ ਜੀ ਨੇ ਹਾਂ ਅਤੇ ਸੰਤਾਂ ਨੇ ਕਹਿੰਦੇ ਸੰਤ ਕਹਿੰਦੇ ਫੌਜੀਆਂ ਮੈਨੂੰ ਨਹੀਂ ਇਹੋ ਜਿਹੀਆਂ ਗੱਲਾਂ ਦਾ ਪਤਾ ਅਤੇ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਜਾ ਚੱਲ ਜਾ ਕਹਿੰਦੇ ਨਹੀਂ ਅੱਜ ਮੈਂ ਜਾਣਾ ਨਹੀਂ ਮੈਂ ਪੁੱਛ ਕੇ ਜਾਣਾ ਵੀ ਇਹਦਾ ਮੈਨੂੰ ਸਾਨੂੰ ਗੱਲ ਸਮਝਾਓ ਇਹਦੀ ਪੂਰੇ ਮਤਲਬ ਕੀ ਇਹਦਾ ਕਿਸ ਤਰ੍ਹਾਂ ਕਿੱਦਾਂ ਹੋ ਸਕਦਾ ਸਾਰਾ ਜੀ ਕਹਿੰਦੇ ਵੀ ਫੌਜੀ ਜਦੋਂ ਸੰਤਾਂ ਨੂੰ ਪਤਾ ਲੱਗਿਆ ਵੀ ਨਹੀਂ ਹੁਣ ਇਹਨਾਂ ਦਾ ਮੂਡ ਹੈਗਾ ਵੀ ਨਹੀਂ ਇਹਨਾਂ ਨੇ ਹਿੱਲਣਾ ਇੱਥੋਂ ਕਹਿੰਦੇ ਫੌਜੀ ਜਿਹੜਾ ਨਾ ਆਪਣੀ ਅੜੀ ਦੇ ਪੱਕੇ ਹੁੰਦੇ ਨੇ ਕਹਿੰਦੇ ਵੀ ਇਸ ਤਰ੍ਹਾਂ ਵਾ ਜਾਂ ਤਾਂ ਮਤਲਬ ਬੰਦਾ ਬਾਣੀ ਬਹੁਤ ਜ਼ਿਆਦਾ ਪੜ੍ਹੇ ਅਤੇ ਬੰਦੇ ਦਾ ਮਤਲਬ ਕਿ ਜਿਹੜਾ ਧਿਆਨ ਹੈ ਸੁਰਤ ਆ ਜਿਹੜੀ ਪਰਮਾਤਮਾ ਨਾਲ ਜੁੜ ਜਾਵੇ ਤਾਂ ਉਹਨੂੰ ਆਪਣੀ ਕੋਈ ਸ਼ੁੱਧ ਬੋਧਨ ਰਵੇ ਜੀ ਅਤੇ ਤਾਂ ਬੰਦਾ ਜੀਵਨ ਮਰਨ ਤੋਂ ਮੁਕਤ ਹੋ ਸਕਦਾ ਅਤੇ ਜਾਂ ਕਿਤੇ ਧਰਮ ਜਦੋਂ ਮੋਰਚਾ ਲੱਗਿਆ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਸਬੱਬ ਬਣ ਜਾਵੇ ਉੱਥੇ ਬੰਦਾ ਸ਼ਹੀਦ ਹੋ ਜਾਵੇ ਆਪਣੀ ਸ਼ਹਾਦਤ ਦੇ ਦੇਵੇ ਅਤੇ ਫਿਰ ਮਤਲਬ ਕਿ ਬੰਦਾ ਜਨਮ ਮਰਨ ਤੋਂ ਮੁਕਤ ਹੋ ਸਕਦਾ ਅਤੇ ਲਾਗੇ ਦਸਤਾਰ ਪਈ ਸੀ ਦਸਤਾਰ ਉਹਨਾਂ ਨੇ ਚੁੱਕ ਕੇ ਇਹਨਾਂ ਦੇ ਸਿਰ 'ਤੇ ਇੱਦਾਂ ਰੱਖ ਦਿੱਤੀ ਕਹਿੰਦੇ ਜਾਂ ਹੁਣ ਚੱਲ ਜਾ ਮੈਂ ਹੁਣ ਨਾ ਮੇਰੇ ਕੋਲ ਕੁਛ ਕੁਛ ਇਹਨਾਂ ਨੇ ਦਸਤਾਰ ਫੜੀ ਅਤੇ ਆਪਣੇ ਮਤਲਬ ਵਾਪਸ ਆ ਗਏ ਉਸ ਤੋਂ ਬਾਅਦ ਇਹਨਾਂ ਦਾ ਬਾਣੀ ਦਾ ਅਭਿਆਸ ਵੀ ਇਹਨਾਂ ਨੇ ਮਤਲਬ ਬਹੁਤ ਜ਼ਿਆਦਾ ਵਧਾਤਾ ਸੀਗਾ ਆਪਣਾ ਅਤੇ ਉਹਨੂੰ ਕਿਹਾ ਮੈਨੂੰ ਯਾਦ ਆ ਮੈਂ ਉਦੋਂ ਨਾ ਛੋਟਾ ਸੀਗਾ ਸ਼ਾਇਦ ਮੇਰਾ ਹਾਲ 7ਵੀਂ 'ਚ 8ਵੀਂ 'ਚ ਕੁਛ ਇਸ ਤਰ੍ਹਾਂ ਪੜ੍ਹਦਾ ਹੋਊਗਾ ਅਤੇ ਸਾਡੇ ਇੱਥੇ ਪਿੱਛੇ ਨਾ ਉਦੋਂ ਉਰੇ ਆਹ ਕਮਰੇ ਨਹੀਂ ਕੜੀ ਪਏ ਇੱਕ ਚੁਬਾਰਾ ਹੀ ਹੁੰਦਾ ਸੀਗਾ ਉੱਥੇ ਮਹਾਰਾਜ ਦਾ ਪ੍ਰਕਾਸ਼ ਰੱਖਿਆ ਹੁੰਦਾ ਸੀ ਅਤੇ ਉਹ ਇਸ ਤਰ੍ਹਾਂ ਟੇਬਲ ਲਾ ਕੇ ਤਖ਼ਤ ਪੋਸ਼ ਉੱਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਡੈਡੀ ਉਹਨੇ ਥੱਲੇ ਸੌਂਦੇ ਹੁੰਦੇ ਸੀਗੇ ਅਤੇ ਮੈਂ ਵੀ ਇੱਕਦਮ ਜਿੱਦ ਕਰਕੇ ਮੈਂ ਕਿਹਾ ਮੈਂ ਨਾਲ ਮੈਂ ਇੱਥੇ ਪੈਣਾ ਵਾਂ ਅਤੇ ਮੈਂ ਨਾਲ ਮਤਲਬ ਕਿ ਨਾ ਉੱਥੇ ਪੈ ਗਿਆ ਮੈਂ ਕਿਤਾਬ ਜੀ ਆਪਣੀ ਉਦੋਂ ਪਤਾ ਨਹੀਂ ਪੇਪਰ ਸੀ ਜਾਂ ਕੁਛ ਇਸ ਤਰ੍ਹਾਂ ਸੀਗਾ ਅਤੇ ਇਹਨਾਂ ਨੇ ਆਪਣਾ ਮਤਲਬ ਬੁੱਕਲ ਮਾਰੀ ਉਦੋਂ ਠੰਡ ਦਾ ਟਾਈਮ ਸੀਗਾ ਅਤੇ ਬੁੱਕਲ ਮਾਰ ਕੇ ਅਤੇ ਇਹਨਾਂ ਨੇ ਆਪਣਾ ਵਾਹਿਗੁਰੂ ਸਿਮਰਨ ਦਾ ਜਪ ਸ਼ੁਰੂ ਕਰ ਲਿਆ ਮੈਂ ਕਿਤਾਬ ਪੜ੍ਹਦਾ ਪੜ੍ਹਦਾ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਨਹੀਂ ਲੱਗਿਆ ਉਹ ਕੁਦਰਤੀ ਰਾਤ ਨੂੰ ਮੈਨੂੰ ਨਾ 2-2:30 ਵਜੇ ਕਿਤੇ ਮੇਰੀ ਅੱਖ ਖੁੱਲ੍ਹੀ ਹੋਣੀ ਹੈ ਉਹ ਮੈਂ ਦੇਖਿਆ ਜਿਵੇਂ ਮੈਂ ਛੱਡਿਆ ਸੀ ਉਵੇਂ ਤਾਂ ਉਵੇਂ ਬੁੱਕਲ ਮਾਰ ਕੇ ਬੈਠੇ ਸੀ ਉੱਦਾਂ ਹੀ ਅਜੇ ਤਾਂ ਮਤਲਬ ਇੱਦਾਂ ਕਰਕੇ ਮਤਲਬ ਸੰਤਾਂ ਦੇ ਕਹਿਣ 'ਤੇ ਨਾ ਉਹਨਾਂ ਨੇ ਆਪਣੀ ਜਿਹੜਾ ਬਾਣੀ ਦਾ ਪਹਿਰਾ ਸੀ ਉਹ ਬੜਾ ਵਧਾ ਲਿਆ ਸੀਗਾ ਜੀ ਅਤੇ ਉਸ ਤੋਂ ਬਾਅਦ ਜਦੋਂ ਫਿਰ ਸੰਤ ਕਰਤਾਰ ਸਿੰਘ ਹੋਣਾ ਦਾ ਐਕਸੀਡੈਂਟ ਹੋ ਜਾਂਦਾ ਅਤੇ ਉਹ ਆਪਣਾ ਸਰੀਰ ਛੱਡ ਦਿੰਦੇ ਨੇ ਉਸ ਤੋਂ ਬਾਅਦ ਫਿਰ ਸੰਤ ਜਰਨੈਲ ਸਿੰਘ ਆ ਜਾਂਦੇ ਨੇ ਜੀ ਅਤੇ ਇਹ ਉਸ ਤਰ੍ਹਾਂ ਹੀ ਜਿਵੇਂ ਆਪਾਂ ਸੰਤ ਗੁਰਬਚਨ ਸਿੰਘ ਹੋਣਾ ਨਾਲ ਚੱਲਦੇ ਸੀਗੇ ਸੰਤ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਹੋਣਾ ਨਾਲ ਉੱਦਾਂ ਹੀ ਫਿਰ ਇਹਨਾਂ ਦਾ ਮਤਲਬ ਕਿ ਸੰਤ ਜਰਨੈਲ ਸਿੰਘ ਹੋਣਾ ਨਾਲ ਵੀ ਕੰਟੀਨਿਊ ਪਿਆਰ ਇੱਦਾਂ ਹੀ ਚੱਲਦਾ ਰਿਹਾ ਗੜੀ ਜੀ ਅਤੇ ਉਦੋਂ ਵੀ ਸਗੋਂ ਜਦੋਂ ਸੰਤਾਂ ਦੀ ਇੱਦਾਂ ਦਾ ਐਕਸੀਡੈਂਟ 'ਚ ਉਹਨਾਂ ਦੀ ਹੁੰਦੀ ਆ ਮਤਲਬ ਕਿ ਉਹ ਸਰੀਰ ਛੱਡਦੇ ਨੇ ਆਪਣਾ ਸੰਤ ਕਰਤਾਰ ਸਿੰਘ ਹੋਣੇ ਉਦੋਂ ਇਹਨਾਂ ਬੜਾ ਵੈਰਾਗ ਜਿਹਾ ਕੀਤਾ ਸੀ ਘਰ ਆਣ ਕੇ ਕਾਫੀ ਦਿਨ ਇਹਨਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਇਸ ਤਰ੍ਹਾਂ ਕਰਕੇ ਨਾ ਅਤੇ ਵੀ ਹੁਣ ਸਾਡੇ ਨਾਲ ਬਹੁਤ ਕਹਿੰਦੇ ਵੀ ਹੋ ਗਿਆ ਵੀ ਸੰਤਾਂ ਨਾਲ ਬਹੁਤ ਪਿਆਰ ਸੀ ਇਹਨਾਂ ਦਾ ਅਤੇ ਉਸ ਤੋਂ ਬਾਅਦ ਫਿਰ ਸੰਤ ਜਰਨੈਲ ਸਿੰਘ ਆ ਗਏ ਫਿਰ ਚਲੋ ਇਹਨਾਂ ਦਾ ਉਹਨਾਂ ਨਾਲ ਵੀ ਕਾਫੀ ਮਤਲਬ ਇੱਦਾਂ ਪਿਆਰ ਹੋ ਗਿਆ ਅਤੇ ਇਹ ਕਾਫੀ ਆਉਣ ਜਾਣ ਸੀ ਇਹਨਾਂ ਦਾ ਈਵਨ ਕਿ ਜਦੋਂ ਆਪਣੇ ਚੰਦੋ ਕਲਾਂ ਦੇ ਵਿੱਚ ਸਾਰੀਆਂ ਉਹ ਸੜਦੀਆਂ ਨੇ ਸੈਂਚੀਆਂ ਸੜੀਆਂ ਦੇ ਬੱਸਾਂ ਨੂੰ ਅੱਗ ਲਈ ਜਾਂਦੀ ਹੈ ਇਹ ਉਦੋਂ ਵੀ ਨਾਲ ਹੀ ਸੀਗੇ ਅਤੇ ਉਸ ਤੋਂ ਉਦੋਂ ਵੀ ਕਾਫੀ ਦਿਨ ਪੈਦਲ ਅਖਬਾਰ ਹੋ ਕੇ ਨਾ ਅਤੇ ਪਤਾ ਨਹੀਂ ਪੈਦਲ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਰਾਹ ਤੋਂ ਹੋ ਕੇ ਅਤੇ ਫਿਰ ਇਹ ਕਾਫੀ ਦਿਨਾਂ ਬਾਅਦ 1-2-3 ਦਿਨਾਂ ਬਾਅਦ ਘਰ ਆਏ ਸੀਗੇ ਅਤੇ ਬਸ ਇਸ ਤਰ੍ਹਾਂ ਮੁੜ ਕੇ ਆਪਣੇ ਜਦੋਂ ਸੰਤ ਇੱਥੇ ਆਉਂਦੇ ਆ
ਜਦੋਂ 78 ਦੇ ਵਿੱਚ ਹੁੰਦਾ ਸਾਰਾ ਨਿਰੰਕਾਰੀ ਨਿਰੰਕਾਰੀ ਕਾਂਡ ਹੁੰਦਾ ਇੱਥੇ ਜੀ, ਤੇ ਉਦੋਂ ਵੀ ਜਿਹੜਾ ਜਥਾ ਆਪਣਾ ਜਾਂਦਾ ਉੱਥੇ ਨਿਰੰਕਾਰੀਆਂ ਨੂੰ ਰੋਕਣ ਵਾਸਤੇ ਜੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਸੀ ਉੱਥੇ, ਤੇ ਉਦੋਂ ਵੀ ਆਪਣਾ ਇਹ ਪਿਤਾ ਜੀ ਨਾਲ ਹੀ ਉੱਥੇ ਉਸ ਜਥੇ ਦੇ ਵਿੱਚ ਨਾਲ ਹੀ ਸੀਗੇ, ਤੇ ਉਸ ਜਥੇ ਦੇ ਵਿੱਚ ਮਤਲਬ ਇਹਨਾਂ ਦੇ ਸ਼ਰਲਾ ਵਜਾ ਮੱਥੇ ਦੇ ਵਿੱਚ ਉਦੋਂ ਵੀ ਜ਼ਖਮੀ ਹੋ ਗਏ ਸੀਗੇ। ਅਤੇ ਆਹ ਸਾਨੂੰ ਪਿਛਲੇ ਆਪਣਾ ਸੁਬਹ ਵਿੱਚ ਕਈ ਗੱਲਾਂ ਸੀਗੀਆਂ, ਪਿਛਲੇ ਸਾਲ ਸਾਡੇ ਮਾਤਾ ਜੀ ਦੀ ਹੋਈ ਡੈਥ ਜੀ, ਅਤੇ ਉਹਨਾਂ ਨੇ ਸਾਨੂੰ ਸਗੋਂ ਦੱਸਿਆ ਸੀ ਵੀ ਜਦੋਂ ਇਹਨਾਂ ਦੇ ਉੱਥੇ ਆਪਣਾ ਉਹ ਲੜਾਈ ਚੱਲਦੀ ਵੀ ਸਾਰੀ, ਅਤੇ ਇਹ ਜਦੋਂ ਉਹ ਬੰਦੇ ਬਹੁਤ ਜ਼ਿਆਦਾ ਸੀਗੇ, 13 ਸਿੰਘ ਸ਼ਹੀਦ ਹੋ ਜਾਂਦੇ ਨੇ ਜਦੋਂ, ਅਤੇ ਇਹ ਉੱਥੋਂ ਭਾਈ ਫੌਜਾ ਸਿੰਘ ਹੋਣੀ ਅਤੇ ਪਿਤਾ ਜੀ ਅਤੇ ਨਾਲ ਇੱਕ ਹੋਰ ਸਿੰਘ ਸੀਗਾ, ਉਹਨਾਂ ਦਾ ਸ਼ਾਇਦ ਨਾਂ ਨਹੀਂ ਮੈਨੂੰ, ਉਹਨਾਂ ਨੂੰ ਪਤਾ ਨਹੀਂ ਹੋਣਾ, ਅਤੇ ਇਹ ਸਾਰੇ ਜਣੇ ਨਾ ਉੱਥੋਂ ਨਿਕਲਦੇ ਨੇ ਇੱਕ ਸਾਈਡ ਨੂੰ, ਅਤੇ ਇਹਨਾਂ ਦੇ ਹੱਥ 'ਚ ਇੱਕ ਬਾਈ ਜੀ ਹੁੰਦੀ ਹੈ, ਪਹਿਲਾਂ ਕਿਰਪਾਨ ਸੀਗੀ, ਉਹ ਲੜਦਿਆਂ ਲੜਦਿਆਂ ਕਹਿੰਦੇ ਉੱਥੇ ਟੁੱਟ ਗਈ ਕਿਰਪਾਨ, ਫਿਰ ਇਹਨਾਂ ਲੱਕੜ ਦੀ ਬਾਈ ਫੜੀ ਸੀਗੀ, ਅਤੇ ਸਰਦਾਰ ਫੌਜਾ ਸਿੰਘ ਜਿਹੜੇ ਸ਼ਹੀਦ ਭਾਈ ਫੌਜਾ ਸਿੰਘ, ਉਹਨਾਂ ਦੇ ਹੱਥ 'ਚ ਕਿਰਪਾਨ ਸੀਗੀ, ਜਿਹਨਾਂ ਦੀ ਅਗਵਾਈ 'ਚ ਜੱਥਾ ਗਿਆ, ਹਾਂ ਜਿਹਨਾਂ ਦੀ ਅਗਵਾਈ 'ਚ ਜੱਥਾ ਗਿਆ ਸੀ, ਉਹਨਾਂ ਦਾ ਹੱਥ 'ਚ ਤਲਵਾਰ ਸੀਗੀ, ਇਹ ਦੋਨੋਂ ਇਕੱਠੇ ਨਾ ਥੋੜ੍ਹਾ ਜਿਹਾ ਉਹ ਜਦੋਂ ਜ਼ਿਆਦਾ 150-200 ਬੰਦਾ ਸੀ ਇਹਨਾਂ ਦੇ ਮਗਰ ਮਗਰ, ਇਹ ਥੋੜ੍ਹਾ ਜਿਹਾ ਨਾ ਟਰੱਕਾਂ ਦੇ ਉੱਥੇ ਟਰੱਕ ਲੱਗੇ ਸੀਗੇ, ਉਹਨਾਂ ਦੇ ਥੋੜ੍ਹਾ ਜਿਹਾ ਪਿੱਛੇ ਹੋ ਗਏ ਜੀ, ਅਤੇ ਇਹਨਾਂ ਨੇ ਮਤਲਬ ਸਰਦਾਰ ਫੌਜਾ ਸਿੰਘ ਉਹਨਾਂ ਨੂੰ ਕਿਹਾ ਵੀ ਕਹਿੰਦੇ ਆਪਾਂ ਇੱਥੇ 2-4 ਜਣੇ ਰਹਿ ਗਏ ਹਾਂ, ਉਹ ਬੰਦੇ ਬਹੁਤ ਜ਼ਿਆਦਾ ਨੇ, ਆਪਾਂ ਥੋੜ੍ਹਾ ਜਿਹਾ ਪਿੱਛੇ ਹਟ ਜਾਈਏ ਹੋਰ, ਅਤੇ ਫੌਜਾ ਸਿੰਘ ਜੀ ਕਹਿੰਦੇ ਨੇ ਵੀ ਕਹਿੰਦੇ ਸਿੰਘਾਂ ਦਾ ਕੰਮ ਨਹੀਂ ਹੁੰਦਾ ਪਿੱਛੇ ਹਟਣ ਜੀ, ਭਾਅ ਜੀ ਇੰਨੀ ਗੱਲ ਹੁੰਦੀ ਪਈ ਸੀ ਅਤੇ ਉਹਨਾਂ ਦੇ ਮੱਥੇ 'ਤੇ ਆਣ ਕੇ ਨਾ ਗੋਲੀ ਵੱਜ ਜਾਂਦੀ ਹੈ ਜੀ, ਤੋ ਇਹਨਾਂ ਨੇ ਉਹ ਇੱਦਾਂ ਤਲਵਾਰ ਫੜ ਕੇ ਅਤੇ ਪੈਰਾਂ ਭਾਰੀ ਬਹਿ ਜਾਂਦੇ ਨੇ ਉੱਥੇ, ਤੋ ਇਹਨਾਂ ਨੇ ਸੋਚਿਆ ਵੀ ਸ਼ਾਇਦ ਜਿਵੇਂ ਮੇਰੇ ਸ਼ਰਲਾ ਲੱਗਿਆ ਹੋਇਆ ਇਹਨਾਂ ਦੇ ਵੀ ਲੱਗਿਆ ਹੋਣਾ ਕਿਤੇ ਜੀ, ਅਤੇ ਉਹ ਇਹਨਾਂ ਨੇ ਜਦੋਂ ਮੋਢੇ ਤੋਂ ਫੜ ਕੇ ਉਹਨਾਂ ਨੂੰ ਉਠਾਉਣ ਦਾ ਯਤਨ ਕੀਤਾ ਅਤੇ ਉਹ ਪਿੱਛੇ ਨੂੰ ਲੰਬੇ ਪੈ ਜਾਂਦੇ ਨੇ, ਅਤੇ ਇੰਨੇ ਚਿਰ ਨੂੰ ਉਹ ਜਿਹੜੇ ਉੱਪਰ ਬਹੁਤ ਚੜ੍ਹੇ ਆਉਂਦੇ ਨੇ, ਤਾਂ ਉਹ ਦੂਜਾ ਸਿੰਘ ਜਿਹੜਾ ਸੀਗਾ ਉਹਨਾਂ ਕੋਲ ਦਿਨਾਲੀ ਸੀਗੀ, ਇਹਨਾਂ ਨੇ ਆਖਿਆ ਵੀ ਤੂੰ ਇੱਧਰ ਨੂੰ ਕਰਕੇ ਇਹਨਾਂ ਨੂੰ ਇੱਕ ਦੋ ਫੈਰ ਕਰ, ਪਿੱਛੇ ਚੱਲ ਜਾਣਗੇ ਥੋੜ੍ਹਾ ਜਿਹਾ, ਉਹ ਨਹੀਂ ਉਹਦੇ ਕੋਲ ਗੱਲ ਬਣੀ, ਇਹਨਾਂ ਨੇ ਫਿਰ ਉਹਦੀ ਦਿਨਾਲੀ ਫੜ ਕੇ ਦੋ ਫੈਰ ਕੀਤੇ ਪਿੱਛੇ ਨੂੰ ਜੀ, ਉਹ ਫਿਰ ਥੋੜ੍ਹਾ ਜਿਹਾ ਉੱਥੇ ਮਤਲਬ ਸਟੋਪ ਹੋ ਗਏ ਥੋੜ੍ਹਾ ਜਿਹਾ, ਇਹਨਾਂ ਨੇ ਕੀ ਕੀਤਾ ਕਿ ਫੌਜਾ ਸਿੰਘ ਹੁਣਾਂ ਦੀ ਜਿਹੜੀ ਲਾਸ਼ ਸੀ ਉਹ ਮੁੰਡੇ 'ਤੇ ਪਾਈ, ਕਿਉਂਕਿ ਇਹ ਮਿਲਟਰੀ 'ਚੋਂ ਸੀਗੇ, ਇਹਨਾਂ ਨੂੰ ਪਤਾ ਸੀ ਬੰਦੇ ਨੂੰ ਕਿੱਦਾਂ ਲੈ ਕੇ ਜਾਈਦਾ, ਕਿੱਦਾਂ ਨਹੀਂ ਖੜਦੇ ਆਪਾਂ, ਅਤੇ ਇਹਨਾਂ ਨੇ ਜਦੋਂ ਆਪਣਾ ਲਾਸ਼ ਮੁੱਢੇ 'ਤੇ ਪਾ ਕੇ ਅਤੇ ਕਿਰਪਾਨ ਉਹਨਾਂ ਦੀ ਆਪਣੇ ਹੱਥ 'ਚ ਫੜ ਲਈ ਇਹਨਾਂ ਨੇ, ਇਹ ਜਦੋਂ ਵਾਪਸ ਚੜ੍ਹੇ ਨੇ ਫਿਰ ਉਹ ਉਹਨਾਂ ਨੇ ਫਿਰ ਦੇਖਿਆ ਵੀ ਇਹ ਹੁਣ ਇਹਨਾਂ ਕੋਲ ਹੈ ਨਹੀਂ ਕੁਛ ਵੀ, ਉਹ ਬੰਦੇ ਫਿਰ ਮਗਰ ਮਤਲਬ ਕਿ ਇਹਨਾਂ ਦੇ ਚੜ੍ਹੇ ਨੇ, ਉਹ ਫਿਰ ਬੰਦਾ ਮੋਢੇ 'ਤੇ ਰੱਖ ਕੇ ਗਾਂਹ ਜਾਣਾ ਭੱਜਣਾ ਔਖਾ ਸੀਗਾ, ਇਹਨਾਂ ਨੂੰ ਫਿਰ ਲਾ ਉਹਨਾਂ ਦੀ ਜਿਹੜੀ ਸੀ ਸਰੀਰ ਸੀ ਉਹਨਾਂ ਦਾ ਉੱਥੇ ਛੱਡਣਾ ਪਿਆ, ਅਤੇ ਉਹ ਮਤਲਬ ਇਹਨਾਂ ਘਰ ਆਣ ਕੇ ਦੱਸਿਆ ਹੋਣਾ ਬਾਅਦ 'ਚ, ਫਿਰ ਕਹਿੰਦੇ ਵੀ ਉਹਨਾਂ ਨੇ ਸਰਦਾਰ ਫੌਜਾ ਸਿੰਘ ਦੇ ਜਿਹੜੇ ਸਰੀਰ ਨੂੰ ਨਾ ਪਏ ਹੋਣ, ਕਿਉਂਕਿ ਪ੍ਰਾਣ ਤਾਂ ਉਹਨਾਂ ਦੇ ਹੈ ਨਹੀਂ ਸੀ, ਹੁਣ ਗੋਲੀ ਵੱਜਣ ਨਾਲ ਉਹਨਾਂ ਦੇ ਸ਼ਹੀਦ ਹੋ ਚੁੱਕੇ ਸੀਗੇ ਜੀ, ਉਹਨਾਂ ਮਰੇ ਪਏ ਨੂੰ ਮਤਲਬ ਕਿ ਬਹੁਤ ਡੰਗਾਂ ਨਾਲ ਕੁੱਟਿਆ ਜਾਂ ਮਾਰਿਆ ਜਾਂ ਜੋ ਵੀ ਉਹਨਾਂ ਦੇ ਉਹਨਾਂ ਨੂੰ ਕਰ ਸਕਦੇ ਸੀ ਉਹ ਕੀਤਾ, ਮੈਨੂੰ ਅੱਖੀ ਦੇਖ, ਹਾਂ ਇਹ ਸਾਰਾ ਕੁਛ ਉਹਨਾਂ ਨੇ ਦੇਖਿਆ, ਅਤੇ ਮੁੜ ਕੇ ਘਰ ਆਣ ਕੇ ਉਹਨਾਂ ਮਾਤਾ ਜੀ ਨੂੰ ਦੱਸਿਆ ਸੀਗਾ, ਇਹ ਚੀਜ਼ ਮੈਨੂੰ ਵੀ ਨਹੀਂ ਸੀ ਪਤਾ, ਮੈਨੂੰ ਵੀ ਉਹਨਾਂ ਲਾਸਟ ਟਾਈਮ 'ਤੇ ਚੀਜ਼ ਦੱਸੀ ਸੀ ਵੀ ਆਹ ਗੱਲਬਾਤ ਵੀ ਹੋਈ ਸੀ ਵੀ ਜੀ, ਅਤੇ ਉਸ ਤੋਂ ਬਾਅਦ ਫਿਰ ਇਹ ਆ ਗਏ ਸੀਗੇ, ਅਤੇ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਮਾਹੌਲ ਚੱਲਦਾ ਗਿਆ, ਫਿਰ ਹੋਰ ਗੜੀ ਧਰਮਜੋਤ ਮੋਰਚਾ ਲੱਗਦਾ ਆਪਣਾ ਇੱਥੇ, ਅਤੇ ਉਦੋਂ ਫਿਰ ਇਹਨਾਂ ਨੂੰ ਮਤਲਬ ਕਿ ਸੰਤਾਂ ਦੇ ਨਾਲ ਇੱਥੇ ਇਹਨਾਂ ਨੇ ਰਹਿਣਾ ਸ਼ੁਰੂ ਕਰਤਾ ਸੀ ਪੂਰਾ, ਪਰਮਜੀਤ ਜੀ ਸੰਤ ਇੱਥੇ ਆਉਂਦੇ ਸੀ ਘਰੇ ਆਉਂਦੇ, ਹਾਂ ਬਿਲਕੁਲ ਆਪਣੇ ਘਰੇ ਕਈ ਵਾਰ ਆਏ ਸੀ ਸੰਤ, ਜਥੇ ਦੀਆਂ ਬੱਸਾਂ ਹੁੰਦੀਆਂ, ਜਥਾ ਪੂਰੇ ਦਾ ਪੂਰਾ ਆਉਂਦਾ ਸੀਗਾ ਇੱਥੇ ਜੀ, ਅਤੇ ਜਦੋਂ ਵੀ ਇਹਨਾਂ ਦਾ ਤਾਂ ਪ੍ਰੋਗਰਾਮ ਸਭ ਬਣਦਾ ਸੀਗਾ, ਅਤੇ ਕਈ ਵਾਰ ਫਿਰ ਜਥਿਆਂ ਨੂੰ ਬੁਲਾ ਲੈਂਦੇ, ਸਿੰਘ ਦਾ ਫਿਰ ਜਦੋਂ ਇੱਥੇ ਆਪਣਾ ਚੱਲ ਪਿਆ ਸੀਗਾ ਧਰਮਜੋਤ ਮੋਰਚਾ ਚੱਲ ਪਿਆ ਸੀਗਾ, ਸਿੰਘ ਤਾਂ ਨੋਰਮਲ ਗੱਲ ਸੀਗੀ, ਉਹ ਕਈ ਵਾਰ ਆ ਜਾਣਾ, ਕਈ ਵਾਰ ਉਹਨਾਂ ਨੇ ਆਣ ਕੇ ਫਿਰ ਘਰੇ ਮਾਤਾ ਜੀ ਅੱਜ ਸਬਜ਼ੀ ਬਣਾ ਦਿਓ, ਅੱਜ ਰੋਟੀ ਖਾਣੀ ਹੈ, ਸੰਤਾਂ ਦਾ ਪ੍ਰਸ਼ਾਦਾ ਫਿਰ ਕੰਟੀਨਿਊ ਸਾਡੇ ਵੱਲੋਂ ਚੱਲਦਾ ਸੀਗਾ, ਇੱਥੋਂ ਘਰੋਂ ਜਾਂਦਾ ਸੀਗਾ ਜੀ, ਅਤੇ ਉਹਦੇ 'ਚ ਵੀ ਇਹ ਸੀਗਾ, ਹੋਰ ਵੀ ਸਿੰਘ ਹੈਗੇ ਸੀ ਕਈ, ਪਰ ਉਹਨਾਂ ਸੰਤਾਂ ਦਾ ਇਹ ਸੀ ਵੀ ਸੰਤ ਮਿਰਚ ਮਸਾਲਾ ਬਹੁਤ ਘੱਟ ਖਾਂਦੇ ਸੀਗੇ ਜੀ, ਉਹ ਹਰ ਇੱਕ ਦੇ ਘਰ 'ਚ ਸਭ ਬਣਾਉਣ ਦਾ ਆਪਣਾ ਆਪਣਾ ਢੰਗ ਹੁੰਦਾ ਜੀ, ਉਹ ਫਿਰ ਸੰਤ ਕਹਿੰਦੇ ਵੀ ਨਹੀਂ ਤੁਸੀਂ ਫੌਜੀ ਡੈਡੀ ਨੂੰ ਕਹਿੰਦੇ ਫੌਜੀ ਸਾਹਿਬ ਵੀ ਤੁਸੀਂ ਆਪਣੇ ਘਰੋਂ ਨਾ ਆਪਣਾ ਪ੍ਰਸ਼ਾਦਾ, ਫਿਰ ਦੋ ਫੁਲਕੇ ਉਹਨਾਂ ਖਾਣੇ ਹੁੰਦੇ ਸੀ, ਦੋ ਸਵੇਰੇ ਅਤੇ ਦੋ ਸ਼ਾਮ ਨੂੰ ਬਸ, ਇਹਨਾਂ ਨੇ ਫਿਰ ਸਵੇਰੇ ਜਦੋਂ ਡਿਊਟੀ ਜਾਣਾ ਆਪਣਾ ਉਦੋਂ ਟਿਫਨ ਨਾਲ ਲੈ ਜਾਣਾ, ਅਤੇ ਮੁੜ ਕੇ ਸ਼ਾਮ ਨੂੰ ਜਦੋਂ ਇਹਨਾਂ ਨੇ ਉੱਥੇ ਛੁੱਟੀ ਕਰਨੀ, ਅਤੇ ਸ਼ਾਮ ਨੂੰ ਫਿਰ ਆਣ ਕੇ ਘਰੇ ਪ੍ਰਸ਼ਾਦਾ ਤਿਆਰ ਕਰਵਾ ਕੇ ਅਤੇ ਪ੍ਰਸ਼ਾਦਾ ਇਹਨਾਂ ਨਾਲ ਲੈ ਕੇ, ਤੁਹਾਡਾ ਘਰ ਵੀ ਨੇੜੇ ਹੀ ਹੈ, ਹਾਂ ਇੱਥੋਂ ਆਪਣਾ ਸਾਰਾ 2-2.5 ਕਿਲੋਮੀਟਰ ਹੀ ਦਰਬਾਰ ਸਾਹਿਬ, ਵੱਡਾ ਜਿਹਾ ਸਾਈਕਲ ਰੱਖਿਆ ਹੁੰਦਾ ਇਹਨਾਂ ਨੇ, ਸਾਈਕਲ ਦੀ ਡਿਊਟੀ ਆ ਜਾਂਦੇ, ਸਾਈਕਲ 'ਤੇ ਚੱਲ ਜਾਂਦੇ ਸੀਗੇ, ਜਦੋਂ ਦਾ ਮੋਰਚਾ ਲੱਗ ਗਿਆ ਮੁੜ ਕੇ ਉਹਨਾਂ ਘਰੇ ਰਹਿਣਾ ਮੈਂ ਮਤਲਬ ਕਿ ਛੱਡਤਾ ਸੀਗਾ, ਉਹਨਾਂ ਨੇ ਇਹ ਸੀ ਵੀ ਕਿਤੇ ਮੈਂ ਘਰੇ ਆ ਜਾਂ ਮਗਰੋਂ ਕੋਈ ਗੱਲਬਾਤ ਉੱਥੇ ਬਣ ਕੇ ਮੇਰੇ ਕੋਲ ਜਾਇਆ ਨਹੀਂ ਜਾਣਾ ਉੱਥੇ, ਅਤੇ ਮੁੜ ਕੇ ਰਾਤ ਨੂੰ ਵੀ ਉਹਨਾਂ ਦੀ ਕਈ ਵਾਰ ਉਹਨਾਂ ਦੀ ਡਿਊਟੀ ਵੀ ਸੰਤਾਂ ਦੇ ਕਮਰੇ ਗੜੀ ਲੱਗੀ ਹੁੰਦੀ ਸੀ ਜੀ, ਪਰ ਸੰਤ ਤਾਂ ਇੰਨਾ ਕਰਦੇ ਨੇ ਕਹਿੰਦੇ ਫੌਜੀ ਤੂੰ ਮੇਰੇ ਪਿਓ
ਤੇ ਤੁਹਾਡੀ ਉਦੋਂ ਉਮਰ ਕਿੰਨੀ ਸੀ? ਮੈਂ ਉਦੋਂ 12 ਸਾਲ ਦਾ ਸੀਗਾ, ਜੂਨ 84 ਦੇ। ਹਾਂ, ਮੈਨੂੰ ਅਜੇ ਇਹਨਾਂ ਨੇ ਉਦੋਂ ਨਾ 8ਵੀਂ ਮੈਂ ਪਾਸ ਕੀਤੀ ਸੀ ਉਦੋਂ ਟਾਇਪ ਹੁੰਦਾ ਵਾ, ਅਤੇ 9ਵੀਂ ਕਲਾਸ ਦੇ ਵਿੱਚ ਮੈਨੂੰ ਦਾਖਲਾ ਕਰਾਇਆ ਸੀਗਾ ਪਿਤਾ ਜੀ ਨੇ ਇੱਥੇ ਗੁਰੂ ਰਾਮਦਾਸ ਸਕੂਲ ਜਿਹੜਾ ਜੀ ਸ਼੍ਰੋਮਣੀ ਕਮੇਟੀ ਦਾ। ਅਜੇ ਸਾਨੂੰ ਗਿਆ ਨੂੰ ਮਤਲਬ ਕਿ ਮਾਰਚ 'ਚ ਪੇਪਰ ਖਤਮ ਹੁੰਦੇ, ਅਪ੍ਰੈਲ ਮੇਰਾ ਖਿਆਲ ਅਪ੍ਰੈਲ ਜਾਂ ਇੱਦਾਂ ਕੁਛ ਦਾਖਲਾ ਕਰਾਇਆ ਸੀਗਾ, ਅਤੇ ਜੂਨ ਦੇ ਵਿੱਚ ਗਾੜੀ ਅਟੈਕ ਹੋ ਜਾਂਦਾ, ਮਹੀਨਾ ਡੇਢ ਮਹੀਨਾ ਅਸੀਂ ਸਕੂਲ ਗਏ ਸੀ ਉਦੋਂ ਜੀ। ਅਤੇ ਪਰਿਵਾਰ ਦੇ ਨਾਲ ਆਖਰੀ ਮਿਲਣੀ ਕਦੋਂ ਹੁੰਦੀ ਤੁਹਾਡੇ ਨਾਲ ਜਾਂ ਤੁਹਾਡੇ ਮਾਤਾ ਜੀ ਨਾਲ, ਯਾਦ ਆ? ਉਹ ਨਹੀਂ, ਸਾਨੂੰ ਮਾਤਾ ਜੀ ਨੇ ਮਾਤਾ ਜੀ ਗਏ ਸੀਗੇ ਕੋਈ, ਅਸੀਂ ਤਾਂ ਉਦੋਂ ਨਾ ਜਦੋਂ ਇੱਕ ਇੱਕ ਜੂਨ ਨੂੰ ਚੱਲਦੀ ਆ ਪਹਿਲੀ ਗੋਲੀ ਚੱਲੀ, ਹਾਂ ਉਦੋਂ ਇਹਨਾਂ ਦੀ ਉੱਥੇ ਬੈਂਕ 'ਚ ਡਿਊਟੀ ਸੀਗੀ ਜੀ। ਜਦੋਂ ਫਾਇਰ ਹੁੰਦਾ ਵਾ ਇਹਨਾਂ ਨੇ ਉਸੇ ਟਾਈਮ ਹੀ ਆਪਣਾ ਉੱਥੇ ਰੱਖਿਆ, ਆਪਣੇ ਜੋੜੇ ਜੜੇ ਉੱਥੇ ਲਾਏ ਬੈਂਕ 'ਚ ਹੀ, ਇਹਨਾਂ ਨੇ ਦੋ ਛਾਲਾਂ ਮਾਰੀਆਂ ਅਤੇ ਚਲੇ ਗਏ ਉੱਥੇ ਦਰਬਾਰ ਸਾਹਿਬ ਅੰਦਰ ਚਲੇ ਗਏ ਸੰਤਾਂ ਦੇ ਕੋਲ। ਅਤੇ ਅੱਗੇ ਵੀ ਆ ਤੁਸੀਂ ਫੋਟੋਗ੍ਰਾਫਸ ਦੇਖਦੇ ਹੋ ਤਕਰੀਬਨ ਜਦੋਂ ਵੀ ਇਹਨਾਂ ਦਾ ਮੌਕਾ ਹੁੰਦਾ ਸੀਗਾ ਤਕਰੀਬਨ ਜ਼ਿਆਦਾਤਰ ਸੰਤਾਂ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਵੀ ਚਲੋ ਜਿੰਨਾ ਵੀ ਹੋ ਸਕੇ ਉਹਨਾਂ ਕੋਲ ਰਹੀਏ ਆਪਾਂ ਜਾ ਕੇ। ਅਤੇ ਉਸ ਤੋਂ ਬਾਅਦ ਪਹਿਲੇ ਦਿਨ ਜਿੱਦਣ ਗੋਲੀ ਚੱਲਦੀ ਹੈ ਉੱਦਣ ਇਹਨਾਂ ਦੇ ਮੋਢੇ ਦੇ ਵਿੱਚ ਥੋੜ੍ਹਾ ਜਿਹਾ ਤੋਂ ਨਾਲ ਗੋਲੀ ਨਾ ਨਾਲ ਟੱਚ ਕਰਕੇ ਲੰਘ ਜਾਂਦੀ ਹੈ ਜੀ, ਅਤੇ ਉਹ ਪੱਟੀ ਪੁੱਟੀ ਜੀ ਥੋੜ੍ਹੀ ਜਿਹੀ ਕੀਤੀ ਸੀ। ਅਤੇ 1 ਤਰੀਕ ਤੋਂ ਬਾਅਦ ਜਿਹੜਾ ਫਿਰ ਕਰਫਿਊ ਖੁੱਲ੍ਹਦਾ ਜਦੋਂ ਜੀ, ਤਾਂ ਉਦੋਂ ਫਿਰ ਮਾਤਾ ਜੀ ਕਹਿੰਦੇ ਵੀ ਚਲੋ ਸਾਨੂੰ ਅਸੀਂ ਬੱਚੇ ਛੋਟੇ ਸੀ ਕਰਿਓ, ਸਾਨੂੰ ਇਹਨਾਂ ਨੇ ਘਰ ਛੱਡਿਆ ਅਤੇ ਕਹਿੰਦੇ ਵੀ ਆਪਣਾ ਵੀ ਮੈਂ ਜਾ ਕੇ ਨਾ ਉਹਨਾਂ ਨੂੰ ਮਿਲ ਕੇ ਆਉਂਦੀ ਹਾਂ, ਅਤੇ ਕਹਿੰਦੇ ਹਾਂ ਵੀ ਚਲੋ ਵਾਪਸ ਘਰ ਆ ਜਾਓ। ਅਤੇ ਇਹ ਫਿਰ ਜਦੋਂ ਮਿਲਣ ਗਏ ਨੇ ਉੱਥੇ ਤਾਂ ਅੰਦਰ ਤਾਂ ਉਦੋਂ ਕਾਫੀ ਰਸ਼ ਸੀਗਾ ਕੋਈ, ਕਿਉਂਕਿ ਉਹਦਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੀ ਸੀਗਾ ਜੀ। ਅਤੇ ਇਹ ਫਿਰ ਉੱਥੇ ਮਤਲਬ ਕਿ ਜਿਵੇਂ ਨਾ ਜਿੱਥੇ ਨਿਸ਼ਾਨ ਸਾਹਿਬ ਨੇ ਜੀ, ਇਹ ਉੱਥੇ ਖੜ੍ਹ ਜਾਂਦੇ ਨੇ ਫਿਰ ਜਾ ਕੇ। ਅਤੇ ਇਹ ਨਾ ਉੱਥੇ ਸਿੰਘ ਇੱਕ ਅੱਧਾ ਆਇਆ ਅਤੇ ਉਹਨਾਂ ਨੂੰ ਸਿੰਘਾਂ ਨੂੰ ਕਿਹਾ ਵੀ ਮਿਲਣਾ ਨਹੀਂ, ਕਹਿੰਦੇ ਕੋਈ ਗੱਲ ਨਹੀਂ ਅਸੀਂ ਮੈਂ ਵੇਖ ਕੇ ਆਉਣਾ ਕਿਹੜੇ ਮੋਰਚੇ 'ਚ ਕਿੱਥੇ ਹੈਗੇ ਨੇ ਜੀ, ਅਤੇ ਅਸੀਂ ਮੈਂ ਸੁਣਾ ਦਿੰਦਾ। ਉਹ ਕੁਦਰਤੀ ਬਾਈ ਚਾਂਸ ਉੱਧਰੋਂ ਸੰਤ ਉਤਰਦੇ ਨੇ ਉੱਥੋਂ ਆਪਣਾ ਅਕਾਲ ਤਖ਼ਤ ਸਾਹਿਬ ਤੋਂ ਹਰਿਮੰਦਰ ਸਾਹਿਬ ਨੂੰ ਮੱਥਾ ਟੇਕ, ਇਹਨਾਂ ਦੇ ਇਹ ਵੀ ਨਾਲ ਸੀਗੇ, ਪਿਤਾ ਜੀ ਵੀ ਨਾਲ ਸੀਗੇ। ਇਹ ਫਿਰ ਸਿੱਧੇ ਲੰਘ ਜਾਂਦੇ ਨੇ ਜੀ, ਜਦੋਂ ਵਾਪਸੀ ਆਉਂਦੇ ਨੇ ਫਿਰ ਉਹਨਾਂ 'ਤੇ ਨਜ਼ਰ ਪੈਂਦੀ ਆ। ਅਤੇ ਉੱਥੇ ਫਿਰ ਇਹਨਾਂ ਦਾ ਜਿਹੜੀ ਸਾਡੀ ਆਖਰੀ ਵਾਰ ਉਹਨਾਂ ਨੂੰ ਮਿਲਦੇ ਆ ਮਾਤਾ ਜੀ ਉੱਥੇ, ਅਤੇ ਉਹਨਾਂ ਨੇ ਮਤਲਬ ਕਿਹਾ ਸੀ ਕਿ ਕਹਿੰਦੇ ਵੀ ਤੁਸੀਂ ਘਰ ਆ ਜਾਓ, ਬੱਚੇ ਯਾਦ ਕਰਦੇ ਨੇ, ਕਹਿੰਦੇ ਵੀ ਘਰ ਤਾਂ ਮੈਂ ਨਹੀਂ ਆਊਂਗਾ, ਜੇ ਸੰਤ ਨਿਕਲ ਜਾਣਗੇ ਤਾਂ ਮੈਂ ਨਿਕਲ ਜਾਊਂਗਾ, ਅਤੇ ਜੇ ਸੰਤ ਨਾ ਨਿਕਲੇ ਤਾਂ ਫਿਰ ਮੈਂ ਵੀ ਨਿਕਲਣਾ, ਮੈਂ ਇੱਥੇ ਹੀ ਹਾਂ। ਅਤੇ ਜੇਬ ਛੱਤ ਪਾ ਕੇ 300 ਰੁਪਈਆ ਕੱਢ ਕੇ ਅਤੇ ਦੇ ਤਾ, ਕਹਿੰਦੇ ਵੀ ਆ ਹੈਗਾ ਮੇਰੇ ਕੋਲ, ਜਾਓ ਹੁਣ ਤੁਸੀਂ ਘਰ ਚਲ ਜਾਓ, ਵੀ ਇੱਥੇ ਮਾਹੌਲ ਆ ਜੇ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ, ਅਤੇ ਬੱਚਿਆਂ ਕੋਲ ਇੱਕ ਤਾਂ ਮੈਂ ਵੀ ਆ ਗਿਆ ਇੱਥੇ, ਅਤੇ ਤੁਸੀਂ ਵੀ ਮੁੜ ਕੇ ਘਰ ਨਾ ਪਹੁੰਚੇ ਤਾਂ ਬੱਚਿਆਂ ਦਾ ਮੁਸ਼ਕਲ ਹੋ ਜੂਗਾ। ਅਤੇ ਬਸ ਉਹ ਸਾਡੀ ਉੱਥੇ ਲਾਸਟ ਸੀਗੀ ਉਹਨਾਂ ਦੀ ਮੁਲਾਕਾਤ, ਮਾਤਾ ਜੀ, ਹਾਂ ਮਾਤਾ ਜੀ ਦੀ ਲਾਸਟ ਮੁਲਾਕਾਤ ਸੀ ਉਹਨਾਂ ਨਾਲ ਜੀ। ਅਤੇ ਫਿਰ ਤੁਹਾਨੂੰ ਅਤੇ ਪਤਾ ਕਦੋਂ ਲੱਗਦਾ? ਉਸ ਤੋਂ ਬਾਅਦ ਨਾ ਇੱਕ ਨਾ ਸ਼੍ਰੋਮਣੀ ਕਮੇਟੀ ਦੇ ਸੀਗੇ ਉੱਥੇ ਮੁਲਾਜ਼ਮ ਹੀ ਸੀਗੇ ਅੰਦਰ ਉਹਨੂੰ ਜੀ, ਅਤੇ ਉਹਨਾਂ ਨੇ ਦੱਸਣ ਮੁਤਾਬਕ ਸਾਰਾ ਉਹ 6 ਜੂਨ ਨੂੰ ਜਦੋਂ ਨਾ ਲਾਸਟ ਅਟੈਕ ਮੇਨ ਅਟੈਕ ਹੋਇਆ ਸੀ ਜਦੋਂ ਸੰਤਾਂ ਦੀ ਸ਼ਹਾਦਤ ਵੀ ਹੁੰਦੀ ਹੈ ਸਾਰਾ, ਉਹ ਫਿਰ ਉਹ ਨਿਕਲੇ ਸੀ ਉਸ ਦਿਨ। ਉਹਨਾਂ ਨੇ ਮਤਲਬ ਕਿ ਦੱਸਿਆ ਸੀ ਸਾਨੂੰ ਬਾਹਰ ਇੱਥੇ ਆਣ ਕੇ ਮਾਤਾ ਜੀ ਨੂੰ ਮਿਲੇ ਸੀ ਬਾਅਦ 'ਚ ਕਿਤੇ, ਅਤੇ ਉਹਨਾਂ ਦੱਸਿਆ ਜੀ ਕਹਿੰਦੇ ਮੈਂ ਉਹਨਾਂ ਨੂੰ ਸਵੇਰੇ 4 ਵਜੇ ਉਹਨਾਂ ਦਾ ਕਹਿੰਦੇ ਮੋਰਚਾ ਸੀਗਾ ਜਿੱਥੇ ਸ਼ਸਤਰ ਰੱਖੇ ਹੁੰਦੇ ਨੇ ਅਕਾਲ ਤਖ਼ਤ ਸਾਹਿਬ, ਉੱਥੇ ਕਹਿੰਦੇ ਉਹਨਾਂ ਦਾ ਮੋਰਚਾ ਸੀਗਾ। ਅਤੇ ਕਹਿੰਦੇ ਜਿੱਦਣ ਮੈਂ ਉੱਥੋਂ ਲਾਸਟ ਉਹਨਾਂ ਨੂੰ ਮਿਲਿਆ ਉੱਥੇ, ਕਹਿੰਦੇ ਮੈਂ ਉਹਨਾਂ ਨੂੰ 2 ਬੁਰਕੀਆਂ ਮਤਲਬ ਕਿ ਰੋਟੀ ਦੀਆਂ ਖਵਾਈਆਂ, ਅੱਖਾਂ ਕਹਿੰਦੇ ਉਹਨਾਂ ਦੀਆਂ ਲਾਲ ਹੋ ਚੁੱਕੀਆਂ ਸੀਗੀਆਂ, 2-3 ਦਿਨ ਤੋਂ ਮਤਲਬ ਸੁੱਤੇ ਨਹੀਂ ਸੀਗੇ ਕੁਛ, ਉੱਥੇ ਜਿਹੜੀ ਇਹਨਾਂ ਨੇ ਗੈਸਾਂ ਵਗੈਰਾ ਜਾਂ ਗੋਲੀਆਂ ਦੇ ਕਰ ਕਰਕੇ ਨਾ, ਅਤੇ ਕਹਿੰਦੇ ਬਹੁਤ ਮਤਲਬ ਕਿ ਉਹ ਹਾਲਾਤ ਹੋ ਚੁੱਕੇ ਸੀਗੇ। ਅਤੇ ਕਹਿੰਦੇ ਉੱਥੇ ਜਦੋਂ ਮੈਂ ਜੇ ਕਹਿੰਦੇ ਮਤਲਬ ਮੈਂ ਉਹਨਾਂ ਨੂੰ ਉੱਥੇ ਹੀ ਸੀਗਾ, ਅਤੇ ਮੈਨੂੰ ਕਹਿੰਦੇ ਪਿੱਛੇ ਹਟ ਜਾ ਗਾੜੀਓਂ, ਉਹ ਕਹਿੰਦੇ ਜਦੋਂ ਇਤਨਾ ਬੁਰਕੀ ਪਾਉਣ ਲੱਗਾ ਕਹਿੰਦੇ ਮੈਂ ਥੋੜ੍ਹਾ ਜਿਹਾ ਗਾਂਹ ਹੋਇਆ, ਮੈਨੂੰ ਕਹਿੰਦੇ ਵੀ ਸਾਈਡ 'ਤੇ ਹੋ ਜਾ, ਮੈਨੂੰ ਸਾਹਮਣੇ ਨਜ਼ਰ ਕੁਛ ਨਹੀਂ ਆਉਂਦਾ, ਸਾਹਮਣੇ ਉਹ ਫੌਜ ਅੰਦਰ ਆ ਜਾਣੀ ਆ, ਤਾਂ ਤੂੰ ਸਾਈਡ 'ਤੇ ਹੋ ਕੇ ਕਹਿੰਦੇ 2 ਬੁਰਕੀਆਂ ਮੈਨੂੰ ਖਾਈਆਂ, ਕਹਿੰਦੇ ਬਸ ਕਰ ਹੁਣ, ਕਹਿੰਦੇ ਬਾਅਦ 'ਚ ਨੀਂਦ ਆਉਣੀ ਆ ਜਾਂਦੀ ਬੰਦੇ ਨੂੰ, ਕਹਿੰਦੇ ਬਾਅਦ ਰੋਟੀ ਨਹੀਂ ਖਾਣੀ ਮੈਂ ਜੀ। ਇਹ 6 ਤਰੀਕ ਦੀ ਗੱਲ? ਹਾਂ, ਇਹ 6 ਤਰੀਕ ਸਵੇਰ ਦੀ 4 ਵਜੇ ਦੇ ਆਸ ਪਾਸ ਦੀ ਗੱਲ ਜੀ। ਅਤੇ ਉੱਧਰੋਂ ਕਹਿੰਦਾ ਜੀ ਅਸੀਂ ਅਜੇ ਇੰਨੀ ਗੱਲ ਕਰਦੇ ਪਏ ਸੀ, ਸੰਤ ਭੋਰੇ 'ਚੋਂ ਨਿਕਲੇ ਨੇ ਥੱਲਿਓਂ ਅਕਾਲ ਤਖ਼ਤ ਸਾਹਿਬ ਤੋਂ, ਅਤੇ ਆਣ ਕੇ ਕਹਿੰਦੇ ਫੌਜੀਆ ਕੀ ਹਾਲ ਚਾਲ ਆ, ਕਹਿੰਦੇ ਚੜ੍ਹਦੀ ਕਲਾ ਵਾ, ਕਹਿੰਦੇ ਕਿਸੇ ਚੀਜ਼ ਦੀ ਲੋੜ ਆ, ਕਹਿੰਦੇ ਜੀ ਵੀ ਅਸਲਾ ਮੁੱਕ ਰਿਹਾ ਵਾ, ਜੇ ਕੁਛ ਹੈਗਾ ਗੋਲੀ ਸਿੱਕਾ ਤਾਂ ਹੋਰ ਦੇ ਦਿਓ, ਅਤੇ ਬਾਕੀ ਠੀਕ ਆ ਕੋਈ ਗੱਲ ਨਹੀਂ ਕਹਿੰਦੇ। ਕਹਿੰਦੇ ਸੰਤਾਂ ਨੇ ਇੰਨੀ ਗੱਲ ਕਹਿੰਦੇ ਸਿੰਘ ਨੂੰ ਕਿਸੇ ਨੂੰ ਕਹਿੰਦੇ, ਕਹਿੰਦੇ ਵੀ ਜਾਓ ਵੀ ਫੌਜੀ ਕੋਲ ਗੋਲੀਆਂ ਖਤਮ ਹੋ ਰਹੀਆਂ ਨੇ ਅਤੇ ਇਹਨਾਂ ਨੂੰ ਲਿਆਣ ਕੇ ਦਿਓ, ਅਤੇ ਕਹਿੰਦੇ ਉਹ ਸਿੰਘ ਥੱਲੇ ਚੱਲ ਜਾਂਦਾ ਵਾ, ਅਤੇ ਸੰਤ ਵੀ ਮੁੜ ਕੇ ਉੱਥੋਂ ਗੇੜਾ ਮਾਰ ਕੇ ਅਤੇ ਥੱਲੇ ਭੋਰੇ ਚੱਲ ਜਾਂਦੇ ਨੇ। ਅਤੇ ਉਸ ਤੋਂ ਬਾਅਦ ਮਤਲਬ ਕਿ ਜਿਹੜਾ ਹੁੰਦਾ ਵਾ, ਕਹਿੰਦੇ ਉਹ ਇੱਕ ਨਾ ਆਪਣਾ ਨਾ ਉਸ ਦਿਨ ਕਿ ਜਾਂ 1 ਦਿਨ ਪਹਿਲਾਂ ਦੀ ਗੱਲ, ਜਾਂ ਜਨਰਲ ਸਾਹਿਬ ਨੂੰ ਨਾ, ਜਨਰਲ ਸਾਹਿਬ ਸੀਗੇ ਵੀ ਜਦੋਂ ਕਹਿੰਦੇ ਦੱਸਦਾ ਸੀ ਬੰਦਾ, ਕਹਿੰਦੇ ਵੀ ਉਹਨਾਂ ਦਾ ਕੰਮ ਸੀਗਾ ਹਰ ਮੋਰਚੇ 'ਚ ਤੁਰੇ ਫਿਰਦੇ ਸੀਗੇ ਜੀ। ਅਤੇ ਮਤਲਬ ਉਹਨਾਂ ਨੂੰ ਜਾ ਕੇ
ਜੋ ਵੀ ਦਿਸ਼ਾ ਨਿਰਦੇਸ਼ ਜੋ ਵੀ ਦੱਸਦੇ ਸੀ ਉਹਨਾਂ ਨੇ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਇਹ ਉਹਦੇ ਕਹਿੰਦੇ ਉੱਥੋਂ ਨਾ ਉਤਰੇ ਨੇ ਆਪਣਾ ਅਕਾਲ ਤਖ਼ਤ ਸਾਹਿਬ ਤੋਂ ਅਤੇ ਇਹ ਜਨਰਲ ਸਾਹਿਬ ਜਦੋਂ ਜਿੱਥੇ ਪੁਰਾਣਾ ਹੁਕਮਨਾਮਾ ਲਿਖਿਆ ਹੁੰਦਾ ਸੀਗਾ ਹੁਣ ਤਾਂ ਹੁਕਮਨਾਮਾ ਸਾਹਿਬ ਜਿਹੜੇ ਉਰਲੇ ਪਾਸੇ ਲਿਖਿਆ ਨਾ ਪਹਿਲਾਂ ਥੋੜ੍ਹਾ ਜਿਹਾ ਪਰਲੇ ਪਾਸੇ ਹੁੰਦਾ ਸੀ ਉਹ ਇਹ ਕਹਿੰਦੇ ਪਿੱਲਰਾਂ ਦੀ ਆਰਟ 'ਚ ਨਾ ਉੱਥੇ ਤੱਕ ਪਹੁੰਚੇ ਸੀਗੇ ਇਹਨਾਂ ਨੇ ਪਤਾ ਨਹੀਂ ਅੱਗੇ ਸ਼ਾਇਦ ਜਾਣਾ ਸੀ ਕਿੱਥੇ ਇਹ ਗੱਲ ਦੱਸੀ ਸੀ ਭਾਈ ਮੁਖਤਿਆਰ ਸਿੰਘ ਮੁਖੀ ਨੇ ਨਾ ਜਿਹੜੇ ਜਿਹੜੇ ਸ਼ਾਇਦ ਮੈਂ ਇਸ ਲਈ ਬਾਹਰ ਨੇ ਹੈ ਨਾ ਉਹਨਾਂ ਦੀ ਇੰਟਰਵਿਊ ਇੱਕ ਵਿੱਚ ਹੋਈ ਸੀ ਗੱਲ ਉੱਥੇ ਜਨਰਲ ਸਾਹਿਬ ਨੂੰ ਗੋਲੀ ਲੱਗ ਜਾਂਦੀ ਹੈ ਇਹ ਫਿਰ ਉੱਥੋਂ ਨਾ ਜਨਰਲ ਸਾਹਿਬ ਜਿਹੜੇ ਜ਼ਖਮੀ ਹੋ ਜਾਂਦੇ ਨੇ ਅਤੇ ਇਹ ਫਿਰ ਆਵਾਜ਼ ਦਿੰਦੇ ਨੇ ਫੌਜੀ ਫੌਜੀ ਕਰਕੇ ਨਾ ਦੋ ਵਾਰਾਂ ਆਵਾਜ਼ ਦਿੰਦੇ ਆ ਇਹਨੂੰ ਡੈਡੀ ਹੁਣਾਂ ਨੂੰ ਉਹ ਫਿਰ ਪਿਤਾ ਜੀ ਕੀ ਕਰਦੇ ਉੱਥੇ ਆਪਣੇ ਮੋਰਚੇ ਦੇ ਕਿਸੇ ਹੋਰ ਨੂੰ ਬਿਠਾ ਕੇ ਨਾ ਅਤੇ ਉਹ ਫਿਰ ਉੱਥੋਂ ਉਤਰਦੇ ਨੇ ਉਹ ਇਹਨਾਂ ਨੂੰ ਫਿਰ ਜਨਰਲ ਸਾਹਿਬ ਨੂੰ ਆਪਣੇ ਮੋਢੇ 'ਤੇ ਪਾ ਕੇ ਅਤੇ ਵਾਪਸ ਅਕਾਲ ਤਖ਼ਤ ਸਾਹਿਬ ਲੈ ਕੇ ਜਾਂਦੇ ਨੇ ਜਿੱਥੇ ਫਿਰ ਜਾ ਕੇ ਉਹ ਬਾਅਦ 'ਚ ਸੰਤਾਂ ਕੋਲ ਜਾ ਕੇ ਸਰੀਰ ਛੱਡਦੇ ਨੇ ਆਪਣਾ ਅਤੇ ਉਸ ਤੋਂ ਬਾਅਦ ਇਹ ਫਿਰ ਆਪਣੇ ਮੋਰਚੇ 'ਤੇ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਲਾਸਟ ਟਾਈਮ ਜਦੋਂ ਫਿਰ ਸੰਤਾਂ ਨੇ ਬਾਅਦ 'ਚ ਜਦੋਂ ਸਵੇਰ ਦਾ ਟਾਈਮ ਜਦੋਂ ਹੁੰਦਾ ਉੱਥੇ ਦਿਨ ਚੜ੍ਹ ਜਾਂਦਾ ਪ੍ਰੋਪਰ ਫਿਰ ਸੰਤ ਭੋਰੇ 'ਚੋਂ ਨਿਕਲ ਕੇ ਸੰਤ ਕਹਿੰਦੇ ਵੀ ਮੈਂ ਅਰਦਾਸ ਕਰ ਦਿੱਤੀ ਹੈ ਤਾਂ ਮੈਂ ਅਸੀਂ ਸ਼ਹਾਦਤ ਦਿੰਦੀ ਹਾਂ ਅਤੇ ਜਿਹਨੇ ਜਾਣਾ ਵਾ ਉਹ ਜਾ ਸਕਦਾ ਵਾ ਅਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵਾ ਪਿਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸੰਤਾਂ ਨੇ ਆਹ ਗੱਲ ਕਰ ਇਹ ਕਹਿੰਦੇ ਵੀ ਆਪਾਂ ਜਾਣ ਦਾ ਤਾਂ ਕੰਮ ਹੀ ਕੋਈ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਤਾ ਨਹੀਂ ਕਿੰਨੇ ਚਿਰ ਦਾ ਆਪਣਾ ਦਿਮਾਗ ਉਹ ਸੈੱਟ ਕੀਤਾ ਹੋਇਆ ਸੀਗਾ ਮੈਂ ਜਿੱਥੇ ਕਿਤੇ ਇੱਦਾਂ ਦਾ ਮੌਕਾ ਬਣਿਆ ਮੈਂ ਨਿਕਲਣਾ ਨਹੀਂ ਮੈਂ ਉੱਥੇ ਸ਼ਹਾਦਤ ਦੇਣੀ ਹੈ ਜਿਵੇਂ ਮਰਜ਼ੀ ਹੋ ਜਾਵੇ ਅਤੇ ਇਹ ਫਿਰ ਉਹਨੂੰ ਉਦੋਂ ਸੰਤਾਂ ਦੇ ਨਾਲ ਹੀ ਉੱਥੋਂ ਨਿਕਲਦੇ ਨੇ ਈਵਨ ਕਿ ਪਿੱਛੇ ਜੇ ਇੱਕ ਮੇਰੇ ਕੋਲ ਅੰਦਰ ਪਿਕਚਰ ਵੀ ਪਈ ਹੋਣੀ ਆ ਉਹ ਕਿ ਉਹਨਾਂ ਨੇ ਕਈ ਸਿੰਘਾਂ ਨੇ ਉਹਨਾਂ ਨੇ ਪੇਂਟਿੰਗ ਬਣਾਈ ਹੱਥ ਨਾਲ ਬਣਾਈਆਂ ਸੀਗੀਆਂ ਵੀ ਜਿੱਥੇ ਵੀ ਬਾਹਰ ਜਿਵੇਂ ਜਿਵੇਂ ਸਿੰਘ ਲੜਦੇ ਸੀਗੇ ਉਹਦੇ ਵਿੱਚ ਇੱਕ ਉਹਨਾਂ ਨੇ ਪਿਕਚਰ ਬਣਾਈ ਹੋਈ ਆ ਫਾਦਰ ਸਾਹਿਬ ਦੀ ਉੱਥੇ ਵੀ ਜਿਹੜੇ ਲਾਸਟ ਸਿੰਘ ਉੱਥੇ ਲੜ ਕੇ ਮਤਲਬ ਬਾਹਰ ਜਿਹੜੇ ਅਕਾਲ ਤਖ਼ਤ ਸਾਹਿਬ ਤੋਂ ਅਗਲੇ ਪਾਸੇ ਆਣ ਕੇ ਸ਼ਹੀਦ ਹੁੰਦੇ ਨੇ ਸਾਰੇ ਅਤੇ ਇਹ ਫਿਰ ਇਹਨਾਂ ਦੀ ਮਤਲਬ ਉੱਥੇ ਜਿਹੜੀ 6 ਜੂਨ ਨੂੰ ਨਾ ਸੰਤਾਂ ਦੇ ਨਾਲ ਹੀ ਉੱਥੇ ਹੀ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਸਾਰੀ ਜਦੋਂ ਬਹੁਤ ਖਾਸ ਕਰਕੇ ਜੂਨ ਦੀ ਗੱਲ ਕਰਦੇ ਆਪਾਂ ਹਾਂਜੀ ਹਰ ਸਿੱਖ ਦੇ ਲਈ ਭਾਵੁਕ ਆ ਤੁਹਾਡੇ ਲਈ ਤਾਂ ਬਹੁਤ ਜ਼ਿਆਦਾ ਗਾ ਬਿਲਕੁਲ ਬਿਲਕੁਲ ਜੀ ਤੁਸੀਂ ਸ਼ਹੀਦਾਂ ਦੇ ਪਰਿਵਾਰ ਚੋਂ ਕੌਮ ਦਾ ਸਰਮੋਰ ਆਪਾਂ ਕਹਿ ਦਿਓ ਸਰਮਾਇਆ ਵੀ ਹੋ ਤੁਸੀਂ ਪਰ ਜੋ ਹਾਲਾਤ ਨੇ ਖਾਸ ਕਰਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਬਹੁ ਗਿਣਤੀ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਵੀ ਨਹੀਂ ਹੋਣੇ ਜਾਂ ਜੋ ਅੱਜ ਤੱਕ ਸਾਹਮਣੇ ਤੁਸੀਂ ਸਾਹਮਣੇ ਆ ਚੁੱਕੇ ਹੋ ਪਰ ਕੋਈ ਸਾਹਮਣੇ ਵੀ ਨਹੀਂ ਆਇਆ ਜਾਂ ਜਿਨ੍ਹਾਂ ਤੱਕ ਪਹੁੰਚ ਹੀ ਨਹੀਂ ਹੋਈ ਸਾਨੂੰ ਵੀ ਨਹੀਂ ਪਤਾ ਸੀ ਬਹੁਤ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕੀ ਤੁਹਾਡੀ ਕਦੇ ਕਿਸੇ ਨੇ ਉਸ ਤਰ੍ਹਾਂ ਬਾਂਹ ਫੜੀ ਕੋਈ ਮਤਲਬ ਐਸ ਜੀ ਪੀ ਸੀ 'ਚ ਨੌਕਰੀ ਜਾਂ ਕਿਵੇਂ ਮੈਂ ਉਸ ਚੀਜ਼ 'ਤੇ ਆਊਂਗਾ ਕਦੇ ਕੁਛ ਕਿ ਨਹੀਂ ਨਹੀਂ ਸਾਨੂੰ ਇੱਦਾਂ ਦਾ ਕੁਛ ਨਹੀਂ ਸਿਰਫ ਜਦੋਂ ਪਿਤਾ ਜੀ ਦੀ ਸ਼ਹਾਦਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇੱਕ ਸਰਟੀਫਿਕੇਟ ਇਹਨਾਂ ਕੋਲ ਲੈਣਾ ਸੀਗਾ ਜਿਹੜਾ ਐਸ ਜੀ ਪੀ ਸੀ ਤੋਂ ਲਿਆ ਸੀਗਾ ਉਸ ਟਾਈਮ ਇਹਨਾਂ ਨੇ ਇੱਕ 10,000 ਰੁਪਇਆ ਸਾਨੂੰ ਜ਼ਰੂਰ ਦਿੱਤਾ ਸੀਗਾ 84 ਤੋਂ ਬਾਅਦ ਜਦੋਂ ਸਰਟੀਫਿਕੇਟ ਇਹਨਾਂ ਨੇ ਸ਼ਹੀਦਾਂ ਦੇ ਇਸ਼ੂ ਕੀਤੇ ਆ ਵੀ ਜਦੋਂ ਤੁਹਾਨੂੰ ਕਿਸੇ ਨੂੰ ਮਤਲਬ ਕਿ ਜਿਵੇਂ ਸਰਕਾਰੀ ਦਫ਼ਤਰਾਂ ਦੀ ਕਿਤੇ ਵੀ ਲੋੜ ਪੈਂਦੀ ਹੈ ਤਾਂ ਸਾਡੇ ਕੋਲ ਕੁਛ ਪਰੂਫ ਨਹੀਂ ਸੀ ਹੈਗੇ ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਕਈ ਵਾਰ ਆਪਣੀ ਨੌਕਰੀ ਬਾਰੇ ਵੀ ਇੱਕ ਦੋ ਮਿਲਿਆ ਉਸ ਪਰ ਉਹ ਕਿਸੇ ਨੇ ਨਾ ਕੋਈ ਗੱਲਬਾਤ ਜੀ ਤੁਸੀਂ ਇੱਕ ਚੀਜ਼ ਆਪਾਂ ਬੜੀ ਕਾਮਨ ਜੀ ਚੀਜ਼ ਆ ਵੀ ਸੰਤਾਂ ਦੇ ਨਾਲ ਲੜਨ ਵਾਲਾ 250 ਬੰਦੇ ਦਾ ਵਧਣ ਨਹੀਂ ਸੀਗਾ ਮਤਲਬ ਅਸੀਂ ਜਿਹੜੇ ਸਾਡੇ ਆਪਣੇ ਅਸੀਂ ਉਹਨਾਂ ਆਪਣੇ ਉਹਨਾਂ ਪਰਿਵਾਰਾਂ ਤੱਕ ਹੀ ਪਹੁੰਚ ਨਹੀਂ ਕਰ ਪਾਏ ਵੀ ਉਹਨਾਂ ਦੇ ਕੀ ਹਾਲਾਤ ਨੇ ਸਾਨੂੰ ਪਰਸਨਲੀ ਅਸੀਂ ਇੰਨੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਮੈਨੂੰ ਨਹੀਂ ਯਾਦ ਕੋਈ ਸਾਨੂੰ ਘਰੇ ਆਣ ਕੇ ਕੋਈ ਮਿਲਿਆ ਹੋਊ ਵੀ ਜਾਂ ਤੁਹਾਨੂੰ ਪੁੱਛਿਆ ਹੋਊ ਕਿ ਕਿਸੇ ਨੇ ਕੀ ਚੱਕਰ ਬਾਕੀ ਚਲੋ ਮਹਾਰਾਜ ਨੇ ਰੋਟੀ ਪਾਣੀ ਚਲਾਇਆ ਚਲੋ ਚੱਲੀ ਜਾਂਦਾ ਵਧੀਆ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਨਾ ਅਸੀਂ ਕਿਸੇ ਕੋਲ ਕਦੀ ਇਹੋ ਜਿਹਾ ਕੋਈ ਰੱਖਿਆ ਹੀ ਆ ਵੀ ਠੀਕ ਆ ਭਾਈ ਜੋ ਕਿਉਂਕਿ ਦੇਖੋ ਅਸੀਂ ਇਹਨੇ ਕਦੇ ਮਾਇੰਡ 'ਚ ਹੈ ਹੀ ਨਹੀਂ ਪੈਸਾ ਉਹਨਾਂ ਦੀ ਸ਼ਹਾਦਤ ਦਾ ਕੁਛ ਮੁੱਲ ਵੱਟਣਾ ਠੀਕ ਹੈ ਨਾ ਜੋ ਉਹਨਾਂ ਨੇ ਕੀਤਾ ਸਾਨੂੰ ਉਹਨਾਂ 'ਤੇ ਮਾਣ ਆ ਅੱਜ ਤੁਸੀਂ ਇੱਥੇ ਬੈਠੋ ਤਾਂ ਸਿਰਫ ਉਹਨਾਂ ਕਰਕੇ ਬੈਠੋ ਨਹੀਂ ਤਾਂ ਮੈਨੂੰ ਤੁਸੀਂ ਜਾਣਦੇ ਨੇ ਮੇਰੀ ਕੋਈ ਇਹੋ ਜਿਹੀ ਪ੍ਰਾਪਤੀ ਨਹੀਂ ਹੈਗੀ ਕਿ ਤੁਸੀਂ ਮੇਰੇ ਕੋਲ ਆਣ ਕੇ ਮੇਰੀ ਇੰਟਰਵਿਊ ਕਰੋ ਠੀਕ ਹੈ ਨਾ ਇਹ ਸਿਰਫ ਉਹਨਾਂ ਦੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ਨੇ ਜਾਂ ਉਹਨਾਂ ਦੀਆਂ ਸ਼ਹਾਦਤਾਂ ਨੇ ਜਿਨ੍ਹਾਂ ਦੇ ਕਰਕੇ ਤੁਸੀਂ ਅੱਜ ਸਾਨੂੰ ਆਣ ਕੇ ਮਿਲਦੇ ਹੋ ਪਰ ਇਹ ਜ਼ਰੂਰ ਹੈਗਾ ਵਾ ਕਿ ਅਸੀਂ ਚਲੋ ਫਿਰ ਵੀ ਆਪਣੇ ਘਰ 'ਚ ਬੈਠੇ ਹਾਂ ਅਤੇ ਕਈਆਂ ਨਾਲ ਕਈਆਂ ਬਾਰੇ ਸੁਣੀਦਾ ਵਿਚਾਰਿਆ ਉਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਵੀ ਨਹੀਂ ਮਿਲਦੇ ਛੱਤਾਂ ਉਹਨਾਂ ਦੀਆਂ ਡਿੱਗਣ 'ਤੇ ਆਈਆਂ ਹੋਈਆਂ ਨੇ ਪਰ ਅਸੀਂ ਉਹਨਾਂ ਤੱਕ ਪਹੁੰਚ ਹੀ ਨਹੀਂ ਸਕੇ ਪਤਾ ਨਹੀਂ ਕਿਉਂ ਇਹਨਾਂ ਨਾਲ ਉਦੋਂ ਬਾਅਦ 'ਚ ਬਹੁਤ ਬੁਰਾ ਹੋਇਆ ਹਾਂ ਸੁਣੂ ਵੀ ਪੁਲਿਸ ਨੇ ਤੰਗ ਪਰੇਸ਼ਾਨ ਹਾਂ ਮੈਂ ਉਦੋਂ ਤੁਸੀਂ ਲਾ ਲਓ ਵੀ 13-14 ਸਾਲ ਦਾ 85-86 ਦੀ ਗੱਲ ਹੋਣੀ ਆ ਜੀ ਅਤੇ ਸਾਨੂੰ ਇੱਥੇ ਤਲਾਸ਼ੀਆਂ ਤੋਂ ਕਰਦੇ ਸੀਗੇ ਉੱਥੇ ਸੰਤਾਂ ਦੀ ਫੋਟੋ ਫਾਟੋ ਘਰੇ ਦੇਖ ਕੇ ਅਤੇ ਉਹਨਾਂ ਨੇ ਮੈਨੂੰ ਵੀ ਲੈ ਗਏ ਸੀਗੇ ਅਤੇ ਮੈਨੂੰ 10 ਦਿਨ ਉਹਨਾਂ ਨੇ ਰੱਖਿਆ ਫਿਰ ਸੀ ਆਈ ਸਟਾਫ ਤੋਂ ਬਾਅਦ ਕਰਕੇ ਉਹਦੇ ਵੀ ਪਹਿਲਾਂ ਮੈਨੂੰ ਮਿਲਟਰੀ ਵਾਲਾ ਰੱਖਿਆ ਸੀਗਾ 2 ਦਿਨ ਅਤੇ ਉੱਥੇ ਥੋੜ੍ਹੀ ਮਾਰਕੁੱਟ ਕਰਦੇ ਰਹੇ ਮੁੜ ਕੇ ਫਿਰ ਚਲੋ ਬਹੁਤਾ ਤਾਂ ਨਹੀਂ ਉਹਨਾਂ ਮੈਨੂੰ ਐਵੇਂ ਕਹਾਂ ਮੈਂ
ਵੀ ਬਹੁਤ ਜ਼ਿਆਦਾ ਮਾਰਿਆ, ਪਰ ਕੁਛ ਫਿਰ ਵੀ ਉਹਨਾਂ ਨੇ ਕਾਫੀ ਮੈਨੂੰ ਉੱਥੇ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਸੀ ਆਈ ਸਟਾਫ ਨੂੰ ਦਿੱਤਾ। ਉਹ ਕੁਦਰਤੀ ਕੀ ਸੀ ਵੀ ਸੀ ਆਈ ਸਟਾਫ ਦੇ ਵਿੱਚ ਨਾ ਸਾਡਾ ਇੱਕ ਰਿਸ਼ਤੇਦਾਰ ਸੀਗਾ ਦੂਰ ਉਹ ਤੋਂ, ਫੁੱਫੜ ਸੀਗਾ ਸਾਡਾ ਜੀ, ਉਹ ਲੱਗਾ ਸੀਗਾ ਅਤੇ ਉਹਨੇ ਮੈਨੂੰ ਦੇਖ ਲਿਆ ਉੱਥੇ, ਅਤੇ ਮੈਂ ਉਹਨਾਂ ਨੂੰ ਦੇਖ ਲਿਆ ਅਤੇ ਉਹਨਾਂ ਫਿਰ ਘਰੇ ਆਣ ਕੇ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਆ ਸੀ ਆਈ ਸਟਾਫ ਰਾਮਬਾਗ। ਅਤੇ ਉਹ ਫਿਰ ਇਹਨਾਂ ਨੇ ਕਰ ਕਰਾ ਕੇ ਫਿਰ ਮਾਤਾ ਜੀ ਨੂੰ ਉੱਥੇ ਮਿਲਾਇਆ ਮੈਨੂੰ, ਅਤੇ ਫਿਰ ਉਹਨਾਂ ਨੇ ਚਲੋ ਆਪਣੇ ਥੋੜ੍ਹਾ ਆਪਣੇ ਜੋ ਵੀ ਸੀਗਾ ਉਹਨਾਂ ਦੇ ਲਿੰਕ ਉਹਨਾਂ ਯੂਜ਼ ਕਰਕੇ ਆਪਣੇ, ਅਤੇ ਫਿਰ ਉਹਨਾਂ ਨੇ ਕਿਹਾ ਵੀ ਇਹਦੇ ਬੱਚਾ ਹੈਗਾ ਜਿਹਦੇ ਹਜੇ ਤਾਂ 18 ਸਾਲ ਦਾ ਵੀ ਨਹੀਂ, ਕਹਿੰਦੇ ਤੁਸੀਂ 14 ਸਾਲ ਦਾ ਬੱਚਾ ਚੁੱਕ ਲਿਆ ਕਰੋ। ਉਹ ਕਰ ਕਰਾ ਕੇ ਚਲੋ ਉਹਨਾਂ ਨੇ ਫਿਰ 10 ਕੁ ਦਿਨਾਂ ਬਾਅਦ ਮੈਨੂੰ ਛਡਾਇਆ ਸੀਗਾ ਉੱਥੋਂ। ਜੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ? ਸਾਡੇ ਪਰਿਵਾਰ ਦੇ ਵਿੱਚ ਅਸੀਂ ਦੋ ਭਰਾ ਨੇ ਜੀ, ਅਤੇ ਬਾਈ ਸਾਹਿਬ ਛੋਟੇ ਨੇ ਤੁਹਾਨੂੰ? ਹਾਂ ਉਹ ਛੋਟੇ ਨੇ, ਅਤੇ ਬਸ ਮਾਤਾ ਜੀ ਹੁਣ ਪਿਛਲੇ ਸਾਲ ਅਸੀਂ ਚੜ੍ਹਾਈ ਕੀਤੇ ਨੇ ਜੀ, ਅਤੇ ਬਾਕੀ ਹੋਰ ਕੋਈ ਭੈਣ ਭਰਾ ਜਾਂ ਚਾਚਾ ਜੀ ਹੈਗੇ ਨੇ ਉਹ ਪੱਟੀ ਰਹਿੰਦੇ ਨੇ ਜੀ, ਪਿਤਾ ਜੀ ਅਤੇ ਬ੍ਰਦਰ ਨੇ ਦੋਨੇ ਛੋਟੇ ਨੇ, ਅਤੇ ਉਹ ਪੱਟੀ ਰਹਿੰਦੇ ਨੇ ਆਪਣਾ। ਜਿਵੇਂ ਹੁਣ ਤੁਸੀਂ ਆਪਣੀ ਸਾਰੀ ਕਹਾਣੀ ਦੱਸੀ ਆ, ਬਹੁਤ ਸਾਰੇ ਨੌਜਵਾਨ ਆ ਸਾਡੇ ਚੈਨਲ ਦੇ ਨਾਲ ਜੁੜੇ ਹੋਏ, ਬਹੁਤ ਸਾਰੇ ਨੌਜਵਾਨ ਮੈਨੂੰ ਲੱਗਦਾ 90% ਤੋਂ ਉੱਪਰ ਜਿਹੜੇ ਦੇਖ ਰਹੇ ਹੋਣਗੇ ਤੁਹਾਡੀ ਕਹਾਣੀ ਉਹਨਾਂ ਨੇ ਪਹਿਲੀ ਵਾਰ ਸੁਣੀ ਹੋਊ। ਮਤਲਬ ਜਦੋਂ ਹੁਣ ਇੱਕ ਨੌਜਵਾਨ ਸੁਣ ਰਿਹਾ ਹੋਊਗਾ, ਹੁਣ ਇਹ ਸਾਰੇ ਪਰਿਵਾਰ ਦੀ ਜੋ ਪਰਿਵਾਰ ਦਾ ਸੰਘਰਸ਼ ਰਿਹਾ, ਪਰਿਵਾਰ ਨੇ ਕੌਮ ਲਈ ਕੀ ਕੀਤਾ, ਹਾਲਾਂਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਪਰ ਸਾਡਾ ਜੇ ਸਾਨੂੰ ਪਰਮਾਤਮਾ ਨੇ ਇੰਨਾ ਬਲ ਦਿੱਤਾ ਗਾ ਵੀ ਅਸੀਂ ਕਿਸੇ ਦੀ ਗੱਲ ਸਾਹਮਣੇ ਲੈ ਕੇ ਆਈਏ ਜਾਂ ਕੌਮ ਦੇ ਜਿਹੜੇ ਸ਼ਹੀਦ ਹੋਏ ਨੇ ਮਹਾਨ ਸ਼ਹੀਦ ਹੋਏ ਨੇ, ਤਾਂ ਜਦੋਂ ਸਿੱਖ ਸੰਸਥਾਵਾਂ ਨੇ ਚਾਹੇ ਉਹ SGPC ਹੋਵੇ ਚਾਹੇ ਕੋਈ ਹੋਰ ਸੰਸਥਾ, ਉਹਨਾਂ ਨੇ ਬਾਹ ਨਹੀਂ ਫੜੀ, ਤਾਂ ਤੁਹਾਨੂੰ ਲੱਗਦਾ ਗਾ ਵੀ ਬੱਚੇ ਕੀ ਸੋਚ ਰਹੇ ਹੋਣਗੇ ਜਾਂ ਬੱਚਿਆਂ ਦੇ ਮਨ ਦੇ ਵਿੱਚ ਕੀ ਵੀ ਅਸੀਂ ਐਡੀ ਮਹਾਨ ਕੌਮ ਆ, ਅਸੀਂ ਕਿੰਨਾ ਦੇ ਵਾਰਸ ਹਾਂ ਅਤੇ ਅਸੀਂ ਕਿੱਥੇ ਖੜੇ ਹਾਂ। ਠੀਕ ਹੈ, ਮੈਂ ਤੁਹਾਡੀ ਇਸ ਗੱਲ ਨਾਲ ਮੈਂ ਜ਼ਰੂਰ ਸਹਿਮਤ ਹਾਂ ਕਿ ਚਲੋ ਸਾਡਾ ਕਿਸੇ ਨੇ ਬਹੁਤਾ ਸਾਥ ਨਹੀਂ ਦਿੱਤਾ ਜਾਂ ਹੋਰ ਬੜੇ ਪਰਿਵਾਰ ਨੇ ਜਿਹੜੇ, ਪਰ ਜਿਹੜਾ ਐਕਚੁਅਲ ਸਾਡਾ ਅਸਲੀਅਤ ਜਿਹੜਾ ਸਾਡਾ ਸਿਧਾਂਤ ਆ, ਅਸੀਂ ਤਾਂ ਇਸ ਕਰਕੇ ਤਾਂ ਕਿਸੇ ਨੇ ਸ਼ਹਾਦਤ ਦਿੱਤੀ ਨਹੀਂ ਆ, ਨਾ ਇਹ ਚੀਜ਼ ਨਿੱਜ ਲਈ ਤਾਂ ਕੋਈ ਚੀਜ਼ ਹੈ ਹੀ ਨਹੀਂ ਉੱਥੇ ਜੀ, ਬਿਲਕੁਲ ਠੀਕ ਹੈ ਨਾ। ਉਹ ਤਾਂ ਇੱਕ ਸਿਧਾਂਤ ਆ ਜਿਹੜਾ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਔਰ ਚੱਲਿਆ ਆਉਂਦਾ ਵਾ। ਸਾਡੇ ਚਲੋ ਪਰਿਵਾਰਕ ਮੈਂਬਰ ਅੱਜ ਸ਼ਹੀਦ ਹੋਏ ਨੇ, ਆਪਣੇ ਪਿੱਛੇ ਤਾਂ ਬਹੁਤ ਲੰਬੀ ਲੈਣ, ਬਿਲਕੁਲ ਕਿੱਡੇ ਛੋਟੇ ਘੱਲੂਘਾਰ ਹੋਏ ਵੱਡੇ ਘੱਲੂਘਾਰ ਹੋਏ ਚੁੱਕੇ, ਕਿੰਨੇ ਕਿੰਨੇ ਆਪਣੇ ਸਿੰਘ ਸਿੰਘਣੀ ਆ ਸਾਰੇ ਸ਼ਹੀਦ ਹੋਏ ਨੇ ਜੀ। ਪਰ ਇਹ ਆ ਵੀ ਜੇ ਸਾਡੀ ਕੌਮ ਕੋਈ ਸਮਰੱਥਾ ਸੀ ਤੇ ਸਾਨੂੰ ਚਾਹੀਦਾ ਸੀਗਾ ਵੀ ਅਸੀਂ ਉਹਨਾਂ ਲੋਕਾਂ ਦੀ ਬਾਂਹ ਫੜੀਏ ਜਿੱਥੇ ਕਿਤੇ ਉਹਨਾਂ ਨੂੰ ਲੋੜ ਲੱਗਦੀ ਜਾਂ ਕੁਛ ਲੱਗਦੀ ਹੈ, ਖਾਸ ਕਰਕੇ ਜਿਵੇਂ ਤੁਸੀਂ ਉਦੋਂ ਬੱਚੇ ਸੀ ਚਾਹੇ ਪੜ੍ਹਾਈ ਦੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਸਿੱਖਿਆ ਦਿੰਦੇ, ਹਾਂ ਮਤਲਬ ਕਿਸੇ ਤਰ੍ਹਾਂ ਵੀ ਆਪਾਂ ਉਹਨੂੰ ਕਰ ਸਕਦੇ ਸੀਗੇ। ਬਾਕੀ ਚਲੋ ਠੀਕ ਹੈ, ਜੋ ਉਹਨਾਂ ਦੀ ਸੋਚ ਆ ਉਹਨਾਂ ਨੇ ਕਰਤਾ, ਬਾਕੀ ਠੀਕ ਹੈ। ਸਾਨੂੰ ਤਾਂ ਹਮੇਸ਼ਾ ਇਹ ਚੀਜ਼ ਦਾ ਮਾਣ ਰਹਿਣਾ, ਦੇਖੋ ਚਲੇ ਅਸੀਂ ਵੀ ਜਾਣਾ, ਪਰ ਇਹ ਸ਼ਹਾਦਤਾਂ ਕਿਤੇ ਬਿਰਲਿਆਂ ਦੇ ਹਿੱਸੇ ਆਉਂਦੀਆਂ ਨੇ, ਬਿਲਕੁਲ। ਬਾਕੀ ਚਲੋ ਸਾਨੂੰ ਕੋਈ ਇਹਦਾ ਮਲਾਲ ਨਹੀਂ ਹੈਗਾ ਇਸ ਚੀਜ਼ ਦਾ ਵੀ ਸਾਨੂੰ ਕਿਸੇ ਨੇ ਪੁੱਛਿਆ ਜਾਂ ਨਹੀਂ ਪੁੱਛਿਆ, ਬਾਕੀ ਠੀਕ ਹੈ ਚਲੋ ਉਹਨਾਂ ਦੀ ਆਪਣੀ ਇੱਕ ਹੈਗੀ ਆ। ਮੈਂ ਜਾਂਦੇ ਜਾਂਦੇ ਜ਼ਰੂਰ ਇੱਕ ਪ੍ਰਸ਼ਨ ਜ਼ਰੂਰ ਪੁੱਛਣਾ ਚਾਹੂੰਗਾ, ਕਿਉਂਕਿ ਇਹ ਪ੍ਰਸ਼ਨ ਤੁਹਾਡੇ ਤੋਂ ਹੀ ਪੁੱਛਿਆ ਜਾ ਸਕਦਾ, ਹਾਲਾਂਕਿ ਬਹੁਤ ਜਿਹੜੇ ਆਪਾਂ ਕਹਿ ਦਈਏ ਵੀ ਵੱਡੇ ਲੋਕ ਨੇ ਜਿਹੜੇ ਧਰਮ ਦੇ ਆਪਣੇ ਆਪ ਨੂੰ ਠੇਕੇਦਾਰ ਕਹਾਉਂਦੇ ਨੇ, ਚਾਹੇ ਉਹ ਕੋਈ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ, ਕੋਈ ਵੀ ਸੰਸਥਾ ਦੇ ਨਾਲ, ਉਹਨਾਂ ਨੂੰ ਇਹ ਸਵਾਲ ਪੁੱਛੇ ਜਾਂਦੇ ਨੇ, ਪਰ ਇਹ ਸਵਾਲ ਮੈਨੂੰ ਲੱਗਦਾ ਤੁਹਾਨੂੰ ਹੀ ਪੁੱਛਿਆ ਜਾਣਾ ਚਾਹੀਦਾ, ਕਿਉਂਕਿ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ 'ਚੋਂ। ਤੁਹਾਨੂੰ ਲੱਗਦਾ ਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅੱਜ ਅਸੀਂ ਜਿੱਥੇ ਖੜੇ ਹਾਂ, ਕਿਵੇਂ ਆਪਣੇ ਆਪ ਨੂੰ ਬਿਹਤਰ ਕਰ ਸਕਦੇ ਹਾਂ, ਕਿਵੇਂ ਨੌਜਵਾਨ ਆਪਣੇ ਆਪ ਨੂੰ ਇੱਕ ਸਹੀ ਦਿਸ਼ਾ ਵੱਲ ਲੈ ਕੇ ਜਾ ਸਕਦੇ ਆ, ਜਿਹੜੇ ਕੌਮ ਦੀ ਆਉਣ ਵਾਲੇ ਸਮੇਂ 'ਚ ਚਾਹੇ ਅਗਵਾਈ ਕਰਨ, ਚਾਹੇ ਉਹ ਰਾਜਨੀਤਿਕ ਤੌਰ 'ਤੇ, ਚਾਹੇ ਉਹ ਧਾਰਮਿਕ ਤੌਰ 'ਤੇ, ਚਾਹੇ ਕਿਸੇ ਵੀ ਰੂਪ ਦੇ ਵਿੱਚ। ਦੇਖੋ ਉਹਦੇ ਵਿੱਚ ਸਭ ਨੂੰ ਹੁਣ ਤੁਸੀਂ ਜਾਂ ਮੈਂ ਅਸੀਂ ਇੱਕ ਇਕੱਲੇ ਹਾਂ, ਅਸੀਂ ਕੋਈ ਸੰਸਥਾ ਨਹੀਂ ਹੈਗੇ ਆਪਸ ਵਿੱਚ ਆਪਣੇ, ਠੀਕ ਹੈ ਨਾ। ਹੁਣ ਤੁਹਾਡਾ ਵਾ ਚਲੋ ਤੁਹਾਨੂੰ ਅਸੀਂ ਦੇਖਦੇ ਹਾਂ, ਮੈਂ ਕਈ ਵਾਰ ਤੁਹਾਨੂੰ ਤੁਹਾਡੀਆਂ ਇੰਟਰਵਿਊ ਸੁਣਦਾ ਵਾਂ, ਤੁਸੀਂ ਇੱਕ ਵਧੀਆ ਚਲੋ ਉਪਰਾਲਾ ਕਰਦੇ ਹੋ, ਪਰ ਤੁਹਾਡੇ ਕੋਲ ਵੀ ਇੱਕ ਲਿਮਿਟਡ ਸਮਰੱਥਾ ਵਾ ਜੀ। ਇਹ ਚੀਜ਼ਾਂ ਉਹਨਾਂ ਵਾਸਤੇ ਨੇ ਜਿਹੜੇ ਮਤਲਬ ਜਿਵੇਂ ਸਾਡੀ SGPC ਆ, ਠੀਕ ਆ ਨਾ, ਉਹ ਇੱਕ ਬਹੁਤ ਵੱਡਾ ਅਦਾਰਾ ਵਾ ਜੀ, ਬਹੁਤ ਵੱਡੇ ਉਹਨਾਂ ਕੋਲ ਫੰਡ ਨੇ, ਪਰ ਮੈਨੂੰ ਅਜੇ ਤੱਕ ਇਹ ਚੀਜ਼ ਦੀ ਸਮਝ ਨਹੀਂ ਆਈ ਵੀ ਉਹ ਜਿਹੜੇ ਆ ਅਸੀਂ ਮਤਲਬ ਸਿੱਖ ਕੌਮ ਨੂੰ ਅਗਾਂਹ ਕਰਨ ਵਾਸਤੇ ਨਾ ਕੋਈ ਧਰਮ ਦਾ ਪ੍ਰਚਾਰ ਸਾਨੂੰ ਨਜ਼ਰ ਆਉਂਦਾ ਜੀ। ਔਰ ਜਿਹੜੇ ਤੁਸੀਂ ਦੇਖ ਲਓ ਆਏ ਦਿਨ ਕੋਈ ਨਾ ਕੋਈ ਉਹਨਾਂ ਦੇ ਵਿੱਚ ਇਸ਼ੂ, ਕੋਈ ਨਾ ਕੋਈ ਚੀਜ਼ਾਂ ਨਿਕਲਦੀਆਂ ਇਹੋ ਜਿਹੀਆਂ ਰਹਿੰਦੀਆਂ ਜਿਹੜੀਆਂ ਸਾਡੇ ਮਤਲਬ ਸਾਨੂੰ ਨੀਵਾਂ ਦਿਖਾਉਂਦੀਆਂ ਨੇ ਕੌਮ ਨੂੰ।
ਤੇ ਇਹ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਕਰਨੀਆਂ ਤੇ ਅਸੀਂ ਜੇ ਆਪਣੀ ਕੌਮ ਨੂੰ ਜ਼ਿਆਦਾ ਨਹੀਂ ਕੁਛ ਤੇ ਘੱਟੋ ਘੱਟ ਆਪਣਾ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਜੀ ਠੀਕ ਹੈ ਨਾ ਉਹਨਾਂ ਨੂੰ ਐਜੂਕੇਸ਼ਨ ਦੇਈਏ ਸਾਡੇ ਕੋਲ ਮੈਡੀਕਲ ਫੈਸਿਲਿਟੀਆਂ ਇੱਕ ਅਸੀਂ ਅੱਜ ਸਾਡੇ ਤੁਸੀਂ ਬੜਾ ਅੱਜ ਕੱਲ੍ਹ ਉਹ ਚੱਲ ਰਿਹਾ ਜਿਹੜਾ ਧਰਮ ਪਰਿਵਰਤਨ ਦਾ ਬੜਾ ਮੁੱਦਾ ਚੱਲ ਰਿਹਾ ਤੁਹਾਡੇ ਏਰੀਏ 'ਚ ਸਾਡੇ ਵੀ ਇੱਧਰ ਕਾਫੀ ਆ ਜਿਹੜਾ ਆਪਾਂ ਹੁਣ ਰੋਜ਼ ਹੀ ਦੇਖਦੇ ਹਾਂ ਕਿਤੇ ਨਾ ਕਿਤੇ ਠੀਕ ਹੈ ਨਾ ਉਹਨਾਂ ਦਾ ਵੀ ਕਾਰਨ ਲੈ ਦੇ ਕੇ ਉਹ ਮਤਲਬ ਕਿ ਇੱਕ ਬਹੁਤ ਥੱਲੜੇ ਲੈਵਲ ਦੇ ਗਰੀਬ ਲੋਕ ਨੇ ਜਿਹੜੇ ਆਪਣਾ ਰਾਜ ਨਹੀਂ ਕਰਾ ਸਕਦੇ ਠੀਕ ਹੈ ਨਾ ਜਾਂ ਆਪਣਾ ਕੋਈ ਕਾਰੋਬਾਰ ਨਹੀਂ ਉਹਨਾਂ ਕੋਲ ਹੈਗਾ ਜਾਂ ਕੁਛ ਨਹੀਂ ਹੈਗਾ ਅਤੇ ਅਸੀਂ ਇਹਨਾਂ ਕੋਲ ਆਪਣੇ ਕੋਲ ਸਾਡੇ ਕੋਲ ਸਮਰੱਥਾ ਵੀ ਆ ਸਾਡੇ ਕੋਲ ਹੋਸਪਿਟਲ ਵੀ ਨੇ ਸਾਰਾ ਕੁਛ ਹੈਗਾ ਪਰ ਅਸੀਂ ਫਿਰ ਵੀ ਪਤਾ ਨਹੀਂ ਕਿਉਂ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜਾਂ ਅਸੀਂ ਕਿਉਂ ਉਹਨਾਂ ਪਾਸੇ ਸੋਚਦੇ ਨਹੀਂ ਆ ਕੀ ਸਾਡੀ ਮਾਨਸਿਕਤਾ ਬਣ ਚੁੱਕੀ ਆ ਕੀ ਚੱਕਰ ਹੋ ਚੁੱਕਾ ਅਸੀਂ ਪੋਲੀਟੀਕਲ ਇੱਕ ਬੰਦਿਆਂ ਦੇ ਹੱਥ ਰੋਕੇ ਬਣ ਕੇ ਰਹਿ ਗਏ ਬਸ ਜੋ ਉਧਰੋਂ ਸਾਨੂੰ ਕੁਛ ਕਹਿਣਗੇ ਬਸ ਉਹੀ ਅਸੀਂ ਕਰਨਾ ਹੋਰ ਸਾਨੂੰ ਆਪਣੀ ਕੌਮ ਦਾ ਦਰਦ ਹੀ ਹੈ ਨਹੀਂ ਵੀ ਅਸੀਂ ਕੀ ਕਰਨਾ ਕੱਲ੍ਹ ਨੂੰ ਬੱਚਿਆਂ ਨੂੰ ਇੱਥੇ ਤੁਸੀਂ ਆਪਣਾ ਐਜੂਕੇਸ਼ਨ ਸੈਂਟਰ ਖੋਲੋ ਬੱਚਿਆਂ ਨੂੰ ਪੜ੍ਹਾਓ ਉਹਨਾਂ ਨੂੰ ਵੱਡੇ ਅਹੁਦਿਆਂ 'ਤੇ ਬਚਾਓ ਹਨਾ ਕਿ ਇੱਥੇ ਪ੍ਰਵਾਸ ਹੋ ਰਿਹਾ ਸਾਡੇ ਬੱਚੇ ਸਾਰੇ ਜਿਹੜੇ ਉਹ ਬਾਹਰ ਜਾ ਰਹੇ ਨੇ ਉੱਥੇ ਜਾ ਕੇ ਲੇਬਰ ਜੋਬ ਹੀ ਹੈ ਕੋਈ ਡੀਸੀ 'ਤੇ ਲੱਗੇ ਨੇ ਉੱਥੇ ਜਾ ਕੇ ਇੱਥੇ ਤੁਸੀਂ ਦੇਖੋ ਜਿੰਨੀ ਅਫਸਰਸ਼ਾਹੀ ਸਾਰੀ ਬਾਹਰੋਂ ਆ ਰਹੀ ਆ ਜੀ ਅਤੇ ਸਾਡਾ ਕਦੇ ਕੋਈ ਗੱਲਬਾਤ ਦੀ ਸੁਣਵਾਈ ਕੋਈ ਨਹੀਂ ਹੈਗੀ ਅਗਰ ਮੈਂ ਕਹਿੰਦਾ ਵੀ ਜੇ ਐਸ ਜੀ ਪੀ ਸੀ ਜਿਸ ਤਰ੍ਹਾਂ ਹੁਣ ਅਸੀਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਹਰ ਇੱਕ ਬੰਦਾ ਆਪਣੀ ਸਮਰੱਥਾ ਅਨੁਸਾਰ ਕੋਈ 10 ਕੋਈ 20 ਕੋਈ 50 100 ਆਪਾਂ ਮੱਥਾ ਟੇਕਦੇ ਹਾਂ ਅਗਰ ਐਸ ਜੀ ਪੀ ਸੀ ਆਪਣੇ ਨਾਲ ਇੱਕ ਵੱਖਰੀ ਗੋਲਕ ਲਾ ਦੇਵੇ ਨਾ ਕਿ ਇਹ ਸਾਡੀ ਕੌਮ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਆ ਅਤੇ ਮੈਂ ਕਹਿੰਦਾ ਵੀ ਕੋਈ ਬੰਦਾ ਇਹੋ ਜਿਹਾ ਨਹੀਂ ਹੋਊਗਾ ਜਿਹੜਾ 20 ਰੁਪਏ ਉੱਧਰ ਨਹੀਂ ਪਾਊਗਾ ਅਤੇ 50 ਉੱਧਰ ਨਹੀਂ ਪਾਊਗਾ ਜੀ ਬਿਲਕੁਲ ਇਹਨਾਂ ਨੂੰ ਆਪਣੇ ਕੋਲੋਂ ਕੁਛ ਵੀ ਕਰਨ ਦੀ ਲੋੜ ਹੈ ਨਹੀਂ ਸਿਰਫ ਇੱਕ ਨੀਅਤ ਸਾਫ਼ ਚਾਹੀਦੀ ਹੈ ਵੀ ਅਸੀਂ ਕੌਮ ਵਾਸਤੇ ਕੁਛ ਕਰਨਾ ਵਾ ਹਾਲਾਂਕਿ ਸਾਡੇ ਸੰਨ ਦੇ ਵਿੱਚ ਇਹ ਵੀ ਆਉਂਦਾ ਹੈਗਾ ਬਹੁਤ ਸਾਰੇ ਤੁਹਾਡੇ ਵਰਗੇ ਭਰਾ ਦੱਸਦੇ ਨੇ ਖਾਸ ਕਰਕੇ ਅਸੀਂ ਦਿੱਲੀ ਵੀ ਬਹੁਤ ਕੁਝ ਦੇਖਿਆ ਚਲੋ ਹਾਲਾਂਕਿ ਉੱਥੇ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਵੀ ਜਿਹੜੀਆਂ ਸਿੱਖ ਸੰਸਥਾਵਾਂ ਜਾਂ ਸਕੂਲ ਆ ਉੱਥੇ ਵੀ ਫੀਸ ਕਈ ਵਾਰ ਬਹੁਤ ਜ਼ਿਆਦਾ ਹੁੰਦੀ ਹੈ ਉੱਥੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਪਾਰਸ਼ੈਲਿਟੀ ਬਹੁਤ ਹੁੰਦੀ ਹੈ ਪਤਾ ਨਹੀਂ ਇਹਦੇ ਬਾਰੇ ਖੈਰ ਮੈਨੂੰ ਬਹੁਤੀ ਕੋਈ ਇਹਦੇ ਬਾਰੇ ਹੈ ਨਹੀਂ ਜਾਣਕਾਰੀ ਪਰ ਇਹ ਚੀਜ਼ ਆ ਕਿ ਜਿਹੜੀ ਸਾਨੂੰ ਪ੍ਰੋਪਰ ਜਿਹੜੀ ਇਹਨਾਂ ਦੀ ਐਜੂਕੇਸ਼ਨ ਸਾਡੇ ਬੱਚਿਆਂ ਤੱਕ ਪਹੁੰਚਣੀ ਚਾਹੀਦੀ ਸੀ ਨਾ ਉਹ ਨਹੀਂ ਪਹੁੰਚ ਪਾ ਰਹੀ ਉਹ ਨਹੀਂ ਪਹੁੰਚ ਉਹ ਚੀਜ਼ ਇੱਕ ਨਾ ਬੜਾ ਗੈਪ ਆ ਕੌਮ ਦੇ ਵਿੱਚ ਅਤੇ ਸੰਸਥਾਵਾਂ ਦੇ ਵਿੱਚ ਜਾਂ ਇਹਨਾਂ ਦੇ ਜਿਹੜੇ ਗਾੜੀ ਨੇ ਜਿਹੜੇ ਇਹਨਾਂ ਤੱਕ ਪਹੁੰਚ ਨਹੀਂ ਦਿੰਦੇ ਬੰਦੇ ਨੂੰ ਜਾਂ ਜਿਹੜੇ ਉੱਪਰ ਇਹਨਾਂ ਦੇ ਮੁਖੀ ਬੈਠੇ ਹੋਏ ਨੇ ਠੀਕ ਹੈ ਨਾ ਉਹਨਾਂ ਦਾ ਮਾਇੰਡ ਸੈੱਟ ਹੀ ਇੱਦਾਂ ਦਾ ਹੁਣ ਤੁਸੀਂ ਦੇਖੋ ਕਦੀ ਇੱਥੇ ਮਹਾਰਾਜ ਦੇ ਸਰੂਪ ਗੈਪ ਹੋ ਜਾਂਦੇ ਨੇ ਜੀ ਬਿਲਕੁਲ ਕਦੀ ਕੋਈ ਮਸਲਾ ਮਤਲਬ ਖੜਾ ਹੋ ਜਾਂਦਾ ਕਦੀ ਕੁਛ ਖੜਾ ਹੋ ਜਾਂਦਾ ਮਸਲਾ ਤੇ ਕੀ ਹੋ ਰਿਹਾ ਹੁਣ ਤਾਂ ਅੱਗੇ ਤਾਂ ਬੇਦਬੀਆਂ ਹੁੰਦੀਆਂ ਸੀਗੀਆਂ ਆਮ ਗੁਰਦੁਆਰਿਆਂ ਦੇ ਵਿੱਚ ਹੁਣ ਤੇ ਵੱਡੇ ਵੱਡੇ ਜਿਹੜੇ ਇਤਿਹਾਸਕ ਗੁਰਦੁਆਰੇ ਆ ਉਹਨਾਂ ਦੇ ਵਿੱਚ ਇਹ ਕੰਮ ਇੱਥੇ ਵੀ ਕੋਸ਼ਿਸ਼ ਕੀਤੀ ਹਾਂ ਹਰਿਮੰਦਰ ਸਾਹਿਬ ਤੋਂ ਵੱਡੀ ਸੱਟ ਵਾਸਤੇ ਤੇ ਤੋਂ ਗਾਂਹ ਤੇ ਸਾਡੇ ਵਾਸਤੇ ਉਜਾੜੀ ਹੈ ਨਾ ਤਾਂ ਹੁਣ ਤੁਸੀਂ ਇਹ ਦੇਖ ਲਓ ਵੀ ਆਪਣਾ ਜਿਹੜੇ ਇੱਥੇ ਆਪਣਾ ਸਾਹਿਬਜ਼ਾਦਾ ਦਾ ਕੋਤਵਾਲੀ ਸਾਹਿਬ ਗੁਰਦੁਆਰਾ ਉੱਥੇ ਕੀ ਬਣਿਆ ਉਦੋਂ ਅਸੀਂ ਟਾਸਕ ਫੋਰਸ ਰੱਖੀ ਹੋਈ ਆ ਗੁਰਦੁਆਰੇ ਦਾ ਪ੍ਰਬੰਧ ਆਪਣੇ ਕੋਲ ਸਹੀ ਹੁੰਦਾ ਨਹੀਂ ਸਾਰੇ ਆਮ ਸਾਰਾ ਕੁਛ ਆਣ ਕੇ ਬੇਦਬੀਆਂ ਹੋ ਰਹੀਆਂ ਨੇ ਸਭ ਕੁਛ ਗਲਤ ਕੰਮ ਕੋਈ ਸ਼ਰਾਬ ਪੀ ਰਿਹਾ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਇਹਨਾਂ ਦਾ ਪ੍ਰਬੰਧ ਕੌਣ ਠੀਕ ਕਰੂਗਾ ਜਿਹੜੇ ਪ੍ਰਬੰਧਕ ਨੇ ਉਹੀ ਠੀਕ ਕਰਨਗੇ ਨਾ ਹੋਰ ਤਾਂ ਕੋਈ ਕਰ ਨਹੀਂ ਸਕਦਾ ਤੁਹਾਡੇ ਮੇਰੇ ਵਰਗੇ ਬੰਦੇ ਦੀ ਵਸਤੀ ਗਲਤੀ ਹੈ ਨਹੀਂ ਅਸੀਂ ਕੋਈ ਆਪਣੇ ਆਪ ਸੰਸਥਾ ਦਾ ਕੋਈ ਹੈ ਨਹੀਂ ਇਹੋ ਜਿਹੀ ਉਹ ਚੀਜ਼ਾਂ 'ਤੇ ਇਹਨਾਂ ਨੂੰ ਜਿਹੜੇ ਉੱਪਰ ਕੌਮ ਨੇ ਬਿਠਾਏ ਹੋਏ ਨੇ ਮੋਢੀ ਬਣਾ ਕੇ ਬਿਠਾਏ ਹੋਏ ਨੇ ਜਾਂ ਜਥੇਦਾਰ ਬਣੇ ਹੋਏ ਨੇ ਜਾਂ ਜੋ ਵੀ ਨੇ ਇਹ ਚੀਜ਼ਾਂ ਤਾਂ ਇਹਨਾਂ ਨੂੰ ਚਾਹੀਦੀਆਂ ਨਾ ਦੇਖਣੀਆਂ ਉਹਨਾਂ ਦੇ ਉੱਤੇ ਕੋਈ ਬਿਆਨ ਹੀ ਹੈ ਨਹੀਂ ਹੁਣ ਕੋਤਵਾਲੀ ਸਾਹਿਬ ਐਡੀ ਵੱਡੀ ਘਟਨਾ ਹੋ ਜਾਂਦੀ ਆ ਜਥੇਦਾਰ ਸਾਹਿਬ ਦਾ ਕੋਈ ਬਿਆਨ ਨਹੀਂ ਕੋਈ ਕਿਸੇ ਤੋਂ ਕਿੰਤੂ ਨਹੀਂ ਕੋਈ ਪ੍ਰੰਤੂ ਨਹੀਂ ਕੋਈ ਕਿਸੇ ਦੀ ਇਨਵੈਸਟੀਗੇਸ਼ਨ ਨਹੀਂ ਉੱਥੇ ਇਹਨਾਂ ਦੇ ਆਪਣੇ ਕੋਈ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕੁਛ ਕੀਤਾ ਹੋਊਗਾ ਉੱਥੇ ਜਿੱਥੇ ਗੁਰੂ ਸਾਹਿਬ ਦੇ ਵਾਸਤੇ ਅਸੀਂ ਸਮਰਪਿਤ ਨਹੀਂ ਹੈਗੇ ਅਤੇ ਬਾਕੀ ਤਾਂ ਕੌਮ ਦੀ ਤਾਂ ਆਪਾਂ ਕੀ ਗੱਲ ਕਰਨੀ ਤੁਹਾਨੂੰ ਲੱਗਦਾ ਵੀ ਰਾਜਨੀਤੀ ਬਹੁਤ ਹਾਵੀ ਹੋ ਗਈ ਬਹੁਤ ਬਹੁਤ ਜ਼ਿਆਦਾ ਹਾਵੀ ਨਿੱਜ ਵੀ ਹਰੀ ਹਾਵੀ ਨਿੱਜ ਮਤਲਬ ਜਿਹੜਾ ਨਾ ਸਾਡਾ ਕਿਰਦਾਰ ਆ ਨਾ ਸਿੱਖ ਜਿਹੜਾ ਸਿੱਖ ਦਾ ਕਿਰਦਾਰ ਹੁੰਦਾ ਸੀ ਜੋ ਆਪਣੇ ਪੁਰਾਣੇ ਜਿਹੜੇ ਕਹਿ ਲਈਏ ਵੀ ਆਪਣੇ ਸਿੰਘ ਸੀ ਜਾਂ ਆਪਣੇ ਪੁਰਾਣੇ ਜਥੇਦਾਰ ਜਾਂ ਜੋ ਵੀ ਲਾ ਲਈਏ ਪਿੱਛੇ ਉਹਨਾਂ ਦਾ ਇੱਕ ਕਿਰਦਾਰ ਸੀਗਾ ਉਹ ਸਭ ਨੂੰ ਵੱਡੀ ਚੀਜ਼ ਪਤਾ ਕੀ ਸੀਗੀ ਉਹ ਅੰਦਰੋਂ ਬਾਹਰੋਂ ਇੱਕ ਸੀਗੇ ਜੋ ਅੰਦਰ ਸੀ ਨਾ ਉਹੀ ਬਾਹਰ ਆ ਜੋ ਮਤਲਬ ਸਟੇਜ 'ਤੇ ਸੀਗੇ ਸਾਹਮਣੇ ਲੋਕਾਂ ਦੇ ਸਾਹਮਣੇ ਗੱਲਬਾਤ ਕਰ ਰਹੇ ਆ ਨਾ ਉਹਨਾਂ ਦੇ ਉਹੀ ਚੀਜ਼ ਹੁੰਦੀ ਸੀ ਇੱਥੇ ਦੋਹਰੇ ਕਿਰਦਾਰ ਨੇ ਕਿਰਦਾਰਾਂ ਨੂੰ ਲੈ ਕੇ ਕਿਰਦਾਰ ਹੀ ਦਾ ਕਿਰਦਾਰ ਦਾ ਨਾਚ ਤਾਂ ਸਿੱਖੀ ਆ ਜੇ ਸਾਡੇ ਕਿਰਦਾਰ ਹੀ ਨਹੀਂ ਰਹੇ ਤਾਂ ਫਿਰ ਸਿੱਖ ਹੋਣਾ ਤਾਂ ਆਪਾਂ ਉਹ ਕਰ ਨਹੀਂ ਸਕਦੇ ਨਾ ਜੀ ਭਾਈ ਸਾਹਿਬ ਅੱਜ ਦੀ ਸਮਾਂ ਦਿੱਤਾ
ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਆਏ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ਥਰੂ ਜਿਹੜੇ ਵੀ ਦਰਸ਼ਕ ਚਲੋ ਤੁਹਾਡੇ ਹੈਗੇ ਨੇ ਸੱਜਣ ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹ ਸੀ ਭਾਈ ਪਰਮਜੀਤ ਸਿੰਘ ਸੋ ਇੱਕ ਅਨੋਖੀ ਕਹਾਣੀ ਸੀਗੀ ਪਰ ਅੱਜ ਦਾ ਨੌਜਵਾਨ ਜੋ ਵੀ ਇਹ ਮੁਲਾਕਾਤ ਦੇਖਣਗੇ ਕਹਾਣੀ ਸੁਣਨਗੇ ਮੇਰੀ ਜ਼ਰੂਰ ਗੁਜ਼ਾਰਿਸ਼ ਆ ਵੀ ਉਹਨਾਂ ਨੇ ਇਹ ਜ਼ਰੂਰ ਆਪਣੇ ਅੰਦਰ ਝਾਤ ਮਾਰ ਕੇ ਦੇਖਣੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹੜੀ ਲਾਈਨ ਦੇ ਵਿੱਚ ਖੜ੍ਹਨਾ ਆਪਣੇ ਆਪ ਨੂੰ ਉਹ ਮਹਾਨ ਸੂਰਵੀਰਾਂ ਦੀ ਲਾਈਨ ਦੇ ਵਿੱਚ ਖੜਾਉਣਾ ਗਾ ਜਿਨ੍ਹਾਂ ਦੇ ਅਸੀਂ ਵਾਰਸ ਕਹਾਉਣੇ ਆ ਜਾਂ ਫਿਰ ਦੋਗਲਿਆਂ ਦੀ ਲਾਈਨ ਦੇ ਵਿੱਚ ਖੜਾਉਣਾ ਗਾ ਬਹੁਤ ਸਾਰੀਆਂ ਚੀਜ਼ਾਂ ਗੀਆਂ ਪਰ ਫਿਰ ਵੀ ਸਾਡੀ ਕੌਮ ਸਾਡਾ ਪੰਥ ਚੜ੍ਹਦੀ ਕਲਾ ਦੇ ਵਿੱਚ ਅਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਗਾ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ